नवी नवी अपडेट्स ले साडा चैनल सब्सक्राइब करो ते अच्छा सुनो घंटी बजाना ना भूलियो ताकि थोड़े फोन दी भी घंटी बजे। ओ जी ते भज रहा ओए ओ की होया अद्धी छुट्टी सारी ਸਤਿਕਾਰ ਜੀ ਮੈਂ ਤੁਹਾਡਾ ਆਪਣਾ ਬਿਪਨ ਜੋਸ਼ੀ ਅੱਜ ਅਸੀਂ ਗੱਲਾਂ ਬਾਤਾਂ ਕਰਨ ਦੇ ਲਈ ਰੌਣਕਾਂ ਲਾਉਣ ਲਈ ਮੀਂਹ ਦਾ ਆਨੰਦ ਲੈਣ ਦੇ ਲਈ ਪਹੁੰਚ ਚੁੱਕੇ ਜੀ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਡਿਸਟ੍ਰਿਕਟ ਹੁਣ ਨਹੀਂ ਸਾਰੀ ਉਮਰ ਬਰਨਾਲਾ ਭੁੱਲਦੇ ਤੁਸੀਂ ਹੈ ਤਹਿਸੀਲ ਸੋ ਜ਼ਿਲ੍ਹਾ ਬਰਨਾਲਾ 'ਚ ਪੈਂਦਾ ਜੀ ਇਹ ਭਦੌੜ ਸੋ ਗੱਲਾਂ ਬਾਤਾਂ ਕਰਨ ਦੇ ਲਈ ਆਪਾਂ ਬੁਲਾਉਂਦੇ ਹਾਂ ਸਭ ਤੋਂ ਪਹਿਲਾਂ ਇੱਥੇ ਬੁਲਾਵਾਂਗੇ ਆਪਾਂ ਕੁੜੀ ਨੂੰ ਸੁਣਿਆ ਜ਼ਰੂਰ ਸੀ ਕਿ ਕੁੜੀਆਂ ਅੱਗੇ ਨੇ ਇੰਨੀ ਅੱਗੇ ਨੇ ਦੇਖਿਆ ਅੱਜ ਚਲੋ ਕੋਈ ਨੀ ਬੇਟਾ ਨਾਮ ਦੱਸੋ ਪਹਿਲਾਂ My name is ਗੁਰਲੀਨ ਕੌਰ ਅੱਛਾ ਬੇਟਾ ਤੁਹਾਡਾ My name is ਦਿੱਤੀ ਸਿੰਗਲਾ ਅੱਛਾ ਹੁਣ ਕੀ ਕਰਕੇ ਦਿਖਾਓਗੇ ਬੇਟਾ ਜੋਕਸ ਸੁਣਾਓਗੇ ਪੰਜਾਬੀ ਜੀ ਕਹਿੰਦੇ ਨੇ ਜੋਕਸ ਨੂੰ ਚੁਟਕਲੇ ਸੁਣਾਂਗੇ ਜੀ ਇਹਨਾਂ ਬੱਚਿਆਂ ਤੋਂ ਇਹ ਆ ਫੜੋ ਬੇਟਾ ਮਾਈਕ ਪਿੰਡੂ ਜਨਾਨੀਆਂ ਬਸ ਅੱਡੇ ਤੇ ਲੜ ਪਈਆਂ ਪਹਿਲੀ ਓਏ ਜੇ ਮੈਂ ਤੇਰੇ ਥੱਪੜ ਮਾਰਿਆ ਨਾ ਅਮਰੀਕਾ ਜਾ ਕੇ ਡਿੱਗੇਗੀ ਦੂਜੀ ਜੇ ਮੈਂ ਇੱਕ ਥੱਪੜ ਮਾਰਿਆ ਨਾ ਕੈਨੇਡਾ ਜਾ ਕੇ ਡਿੱਗੇਗੀ ਇੱਕ ਬਜ਼ੁਰਗ ਉੱਥੇ ਕੋਲੇ ਖੜਾ ਸੀ ਕਹਿੰਦਾ ਭੈਣ ਜੀ ਜਰਾ ਮੁੱਕ ਜੇ ਇੱਕ ਮੇਰੇ ਮੁੱਕੀ ਮਾਰੇ ਜੇ ਮੈਂ ਨਾ ਨਾਲ ਦੇ ਪਿੰਡ ਹੀ ਜਾਣਾ ਹੈ ਉਹ ਕਹਿੰਦਾ ਬਜ਼ੁਰਗ ਉੱਥੇ ਖੜਾ ਸੀਗਾ ਤੇ ਬਜ਼ੁਰਗ ਕਹਿੰਦਾ ਭੈਣ ਜੀ ਮੇਰੇ ਇੱਕ ਮੁੱਕੀ ਉਹ ਮਾਰਦੇ ਮੈਂ ਭਦੌੜ ਜਾਣਾ ਐਂ ਜੀ ਸੀ ਨਾ ਵੈਰੀ ਗੁੱਡ ਅੱਗੇ ਇਹਦਾ ਖਾਲੀ ਹੈ ਤੁਸੀਂ ਸਾਮ ਜੋ ਕਹਿੰਦੀ ਕਿਤੇ ਇੱਕ ਜੋਗ ਹੈ ਅੱਛਾ ਉੱਪਰ ਥੱਲੇ ਨੇ ਓਕੇ ਹੁਣ ਦੋ ਇੰਗਲਿਸ਼ ਮਾਂ ਗੁੱਡ ਨਾਈਟ ਡੀਅਰ ਗੁੱਡ ਨਾਈਟ ਹਿੰਦੀ ਮਾਂ ਸੋ ਜਾ ਮੇਰਾ ਲਾਲ ਸੋ ਜਾ ਪੰਜਾਬੀ ਮਾਂ ਸੋ ਜਾ ਕੁੱਤਿਆ ਮੋਬਾਈਲ ਦਾ ਤੇ ਆਪਾਂ ਛੱਡ ਦੇ ਹੁਣ ਫੇਸਬੁੱਕ ਤੇ ਆ ਵਟਸਐਪ ਬਣੀ ਮੇਰੇ ਨਾਲ ਸੋ ਇਹ ਸਹੀ ਗੱਲ ਹੈ ਮੈਂ ਰਾਤ ਇੱਕ ਪੋਸਟ ਦੇਖ ਕੇ ਆਇਆ ਸੀਗਾ ਜਿਨ੍ਹਾਂ ਨੇ ਮਤਲਬ ਨੈੱਟ ਦੀ ਖੋਜ ਕੀਤੀ ਸੀ ਨਾ ਨੈੱਟ ਦੀ ਖੋਜ ਕੀਤੀ ਉਹਦੀ ਪੋਸਟ ਦੇਖ ਕੇ ਆਇਆ ਜਿਹਨੇ ਫੇਸਬੁੱਕ ਦੀ ਖੋਜ ਕੀਤੀ ਸਪੈਸ਼ਲ ਪਤਾ ਨਾਮ ਕੀ ਇਹਦਾ ਹੈ ਹਾਂ ਸੋ ਉਹਨਾਂ ਨਾ ਇੱਕ ਮੈਂ ਰਾਤ ਪੋਸਟ ਦੇਖੀ ਸੀ ਵੀ ਉਹ ਸਵੇਰੇ 4 ਵਜੇ ਉੱਠ ਕੇ ਜੋਗਿੰਗ ਕਰਦੇ ਨੇ ਰਨਿੰਗ ਕਰਦੇ ਨੇ ਸੋ ਆਪਣੇ ਵਾਲੇ 4 ਵਜੇ ਫੋਨ ਤੇ ਉਸੇ ਫੇਸਬੁੱਕ ਤੇ ਲੱਗੇ ਹੁੰਦੇ ਨੇ ਸੋ ਉਹ ਜਿਹੜਾ ਤਾਂ ਫੋਨ ਲਾ ਗਿਆ ਆਪ ਹੋਰ ਬਾਡੀ ਫਿਟ ਰੱਖਣ 'ਚ ਬੈਠਾ ਤੇ ਆਪ ਨਾਲ ਇੱਧਰ ਰਾਤ ਨੂੰ 12 ਵਜੇ ਸੌਂਦੇ ਨੇ ਸਵੇਰੇ 10 ਵਜੇ ਉੱਠਦੇ ਨੇ ਚਲੋ ਕੋਈ ਨੀ ਸਮਜੋਗਸ ਹੋਰ ਹਾਂਜੀ ਅੱਛਾ ਹੋ ਗਏ ਸਮਜੋਗਸ ਤੋ ਸਮਜੋਗਸ ਲਈ ਜ਼ੋਰਦਾਰ ਤਾੜੀਆਂ ਥੈਂਕ ਯੂ ਬੇਟਾ ਬੇਟਾ ਸਤਿ ਸ਼੍ਰੀ ਅਕਾਲ ਬੇਟਾ ਕੀ ਕਰਕੇ ਦਿਖਾਓਗੇ ਭੰਗੜਾ 6 ਜਣੇ 8 ਜਣੇ ਅੱਛਾ ਮਹਾਦੇਵ ਨੂੰ ਕਹਿੰਦਾ ਗਿਣਤੀ ਨਾ ਕੀਤੀ ਹੋਵੇ ਬਾਰਿਸ਼ ਆ ਰਹੀ ਹੈ ਸੋ ਮਾਹੌਲ ਖਰਾਬ ਹੋਊਗਾ ਚਲੋ ਓਕੇ ਬੇਟਾ ਥੈਂਕ ਯੂ ਜ਼ੋਰਦਾਰ ਤਾੜਿਆਂ ਨੇ ਬੱਚਿਆਂ ਲਈ ਹੋ ਠੀਕ ਠਾਕ ਹੋ ਕਿੰਨਾ ਦੇ ਵਿਆਹ ਚ ਆਇਓ ਤੁਸੀਂ ਜੈ ਲੈ ਕੇ ਜੈਲੇ ਦੇ ਵਿਆਹ ਦੇ ਉੱਤੇ ਇਕੱਠ ਹੋ ਗਿਆ 5 ਮਿੰਟਾਂ 'ਚ ਬੰਦਾ ਇਕੱਠਾ 60 ਹੋ ਗਿਆ ਬੇਟਾ ਕੀ ਨਾਮ ਹੈ ਮਰਸਲੀਨ ਹੈ ਮਰਸਲੀ ਮਰਸਲੀ ਬੱਚੇ ਪੜ੍ਹਦੇ ਨਹੀਂ ਤੁਸੀਂ ਮਰਸਲੀ ਆ ਜਾ ਬੇਟਾ ਨੈਨੋ ਆ ਗਈ ਨੈਨੋ ਆ ਜਾ ਮੇਰਾ ਬੇਟਾ ਹਾਂ ਬੇਟੇ ਨਾਮ ਕੀ ਹੈ ਤੁਹਾਡਾ ਹਰਸ਼ਦੀਪ ਹੈ ਹਰਸ਼ਦੀਪ ਵੈਰੀ ਗੁੱਡ ਬੇਟਾ ਤੁਹਾਡਾ ਅਵਲੀਨ ਹੈ ਅਵਲੀਨ
ਬੇਟਾ ਤੁਹਾਡਾ ਜੈਸਮੀਨ ਜੈਸਮੀਨ ਹਾਂਜੀ ਤੁਹਾਡਾ ਨਾਮ ਹੈ ਹੈਂ ਨਾਮ ਹੈ ਹਾਂ ਨਾਮ ਹੈ ਤੇਰਾ ਕੀ ਨਾਮ ਹੈ ਮੈਂ ਪੁੱਛ ਰਿਹਾ ਕਹਿੰਦੀ ਨਾਮ ਹੈ ਬਸ ਅੱਛਾ ਤੁਸੀਂ ਮੈਨੂੰ ਐਂ ਦੱਸੋ ਹੁਣ ਕੀ ਕਰਕੇ ਦਿਖਾਓਗੇ ਕੀ ਕਰੋਗੇ ਨਾਮ ਲਓ ਜੀ ਗੁੱਤ ਗੁੰਦ ਮੁਕਾਬਲਾ ਸੋ ਇਹ ਗੁੱਤ ਜਿਹੜੀ ਭਾਬੀ ਮੇਰੀ ਗੁੱਤ ਕਰਦੇ ਮੈਂ ਨੱਚੀ ਮੈਂ ਪਟੋਲਾ ਬਣ ਕੇ ਇਹ ਬੇਟਾ ਜਿਹੜੀ ਤੁਹਾਡੀ ਗੁੱਤ ਸੀ ਢਿੱਲੀ ਸੀ ਤਾਂ ਖੁੱਲ ਗਈ ਸੀ ਇਹ ਹਾਂ ਚਲੋ ਫਿਲਹਾਲ ਤਾਂ ਇੱਦਾਂ ਕਰੋ ਇਹਨੂੰ ਇੱਦਾਂ ਹੀ ਕੁਛ ਐਂ ਜੀ ਕਰ ਲਓ ਜਿੱਦਾਂ ਕਿੱਦਾਂ ਗੁੱਤ ਮੈਨੂੰ ਵੀ ਜਾਂਦੀ ਸੋ ਇੱਕ ਵਾਰ ਜ਼ੋਰਦਾਰ ਕਲੈਪਿੰਗ ਇਹਨਾਂ ਪਿਆਰੇ ਪਿਆਰੇ ਹੱਸਦੇ ਹੱਸਦੇ ਬੱਚਿਆਂ ਨੂੰ ਜਵਾਕਾਂ ਕਰ ਰਹੀ ਜੱਸੇ ਉਹਨੂੰ ਕਹਿੰਦੇ ਤੂੰ ਤਾਂ ਉਹੀ ਵਾ ਗਿਆ ਤੇ ਹੁਣ ਮੈਨੂੰ ਦੱਸਿਆ ਕੀ ਕਰ ਰਹੇ ਸੀ ਰੋਲ ਕੈਮਰਾ ਐਕਸ਼ਨ ਕਹਾਣੀ ਕੀ ਹੁੰਦਾ ਕੁਝ ਨਹੀਂ ਇਹ ਜੱਸੇ ਕਰ ਨਹੀਂ ਦਿਆ ਸੀਗਾ ਇਹ ਕਹਿੰਦਾ ਰੋਲ ਕੈਮਰਾ ਐਕਸ਼ਨ ਹੈ ਜੇ ਨਾ ਨਹੀਂ ਰੋਲ ਕੈਮਰਾ ਤੂੰ ਉਹਨਾਂ ਨੇ ਕਿਹਾ ਸੀ ਫਿਰ ਤੂੰ ਕੀ ਕਿਹਾ ਸੀ ਐਕਸ਼ਨ ਰੋਲ ਕੈਮਰਾ ਉਹਨਾਂ ਨੇ ਕਿਹਾ ਸੀ ਐਕਸ਼ਨ ਤੁਹਾਨੂੰ ਟੀਮ ਨਾਲ ਰੱਖਾਂਗੇ ਸਾਡੇ ਨਾਲ ਕੋਈ ਚੱਕਰ ਹੀ ਨਹੀਂ ਗਾਣਾ ਗੁਣਾ ਸੁਣਾ ਕੋਈ ਆਉਂਦਾ ਕੋਈ ਗਾਣਾ ਸੁਣਾ ਦੇ ਨਾ ਚੁਟਕਲਾ ਸੁਣਾ ਦੇ ਚੱਲ ਕਲਾਸ 'ਚ ਪੋਇਮ ਸੁਣਾ ਜਿਹੜੀ ਪੋਇਮ ਬੋਲ ਦਿਉ ਨਾ ਕਲਾਸ 'ਚ ਬੋਲੀ ਨਹੀਂ ਕਦੇ ਹੈ ਸੋ ਜਿਹੜਾ ਕੱਲ੍ਹ ਤੁਹਾਨੂੰ ਟੀਚਰ ਨੇ ਹੋਮਵਰਕ ਦਿੱਤਾ ਸੀਗਾ ਉਹਦੇ ਵਿੱਚੋਂ ਸੁਣਾ ਦੇ ਕੁਛ ਵੀ ਦਿੱਤਾ ਹੀ ਨਹੀਂ ਟੀਚਰ ਜੀ ਦਿੱਤਾ ਜੀ ਹੋਮਵਰਕ ਨਹੀਂ ਪੱਕੀ ਗੱਲ ਹੈ ਝੂਠ ਬੋਲਦਾ ਤੇਰੇ ਹੱਥ 'ਚ ਪਤਾ ਲੱਗ ਰਿਹਾ ਚੱਲ ਕੋਈ ਨਹੀਂ ਤਾਂ ਚੱਲ ਠੀਕ ਹੈ ਓਕੇ ਬਾਏ ਬਾਏ ਥੈਂਕ ਯੂ ਹੋਰ ਠੀਕ ਠਾਕ ਹੈ ਨਾ ਤੁਰ ਕੇ ਆਇਆ ਭੱਜ ਕੇ ਪੜ੍ਹਦਾ ਹਾਂ ਜੀ ਨਾ ਹਾਂ ਜੀ ਮੈਂ ਇਹ ਕਹਿ ਰਿਹਾ ਕਿ ਹਾਂ ਜੀ ਕਿਹਾ ਕਰਦੇ ਨੇ ਠੀਕ ਆ ਹਾਂਜੀ ਕਹਿੰਦਾ ਠੀਕ ਹੈ ਬੇਟਾ ਜਦੋਂ ਕੋਈ ਪੁੱਛੇ ਕਿ ਤੁਸੀਂ ਪੜ੍ਹਦੇ ਹੋ ਜਾਂ ਤੁਸੀਂ ਕਿੰਨੀ ਸਾਲ ਦੇ ਹੋ ਤਾਂ ਜੀ ਕਹਿ ਕਰਦੇ ਨੇ ਨੋ ਕਹਿੰਦਾ ਨੋ ਨੋ ਸਾਲ ਦਾ ਇਹਨੇ ਡਰ ਕੇ ਕਾਹਤੋਂ ਆ ਰਿਹਾ ਸੀ ਤੂੰ ਪਹਿਲਾਂ ਆ ਗਿਆ ਸੀ ਫਿਰ ਭੱਜ ਗਿਆ ਸੀ ਕੀ ਚੱਕਰ ਪੈ ਗਿਆ ਸੀ ਜ਼ਿੰਦਗੀ 'ਚ ਤੁਰ ਕੇ ਗਿਆ ਸੀ ਨਹੀਂ ਉਹ ਤਾਂ ਗਿਆ ਸੀ ਤੁਸੀਂ ਮਤਲਬ ਪਹਿਲਾਂ ਆ ਗਏ ਸੀਗੇ ਫਿਰ ਤੁਸੀਂ ਵਾਪਸ ਚਲੇ ਗਏ ਸੀ ਮੈਨੂੰ ਕੁਝ ਕਹਿ ਕੇ ਕਿ ਟੀਚਰਸ ਜੇ ਉਹ ਪਤਾ ਨਹੀਂ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਕੀ ਕੁਝ ਗਲਤ ਸੀ ਉਹ ਸਾਨੂੰ ਦੱਸੋ ਪਤਾ ਨਹੀਂ ਨਹੀਂ ਤੁਸੀਂ ਕਹਿ ਰਹੇ ਸੀ ਨਾ ਕਿ ਟੀਚਰਸ ਕਹਿ ਰਹੇ ਮੈਨੂੰ ਕਿ ਜੇ ਉਹ ਕਰ ਕੀ ਕਰਨ ਨੂੰ ਕਹਿੰਦੇ ਸੀਗੇ ਮੈਂ ਤਾਂ ਕਹ ਕੇ ਆਇਆ ਹੀ ਨਹੀਂ ਕਹ ਕੇ ਆ ਨਹੀਂ ਪਿਆ ਤਾਂ ਮੈਨੂੰ ਹੱਥੋਂ ਪੈ ਮਾਰੋ ਮੈਨੂੰ ਕਹ ਕੇ ਆ ਉਹ ਪੈ ਕੇ ਨਹੀਂ ਗਿਆ ਮੈਨੂੰ ਵੀ ਟੀਚਰ ਕਹਿੰਦਾ ਗੋਲਾ ਦਾ ਕੇ ਜਾ ਤਾਂ ਹੋਰ ਕਰ ਦਵਾਂ ਤੋਤਾ ਨਾ ਹੋਵੇ ਸਾਰ ਕਹਿ ਕੇ ਗਏ ਆ ਕਹਿ ਕੇ ਗਏ ਸੀ ਮੈਂ ਉਹ ਹੀ ਪੁੱਛ ਰਿਹਾ ਪਤਾ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਗਾਣਾ ਸੁਣਾਓਗੇ ਸਰ ਤੁਹਾਨੂੰ ਕਹਿ ਰਹੇ ਸੀ ਕਿ ਗਾਣਾ ਸੁਣਾਉਣਾ ਨੇ ਪਤਾ ਨਹੀਂ ਨਹੀਂ ਸਰ ਨੇ ਤੁਹਾਨੂੰ ਐਨ ਕਹਿ ਕੇ ਭੇਜਿਆ ਕਿ ਗਾਣਾ ਗਾਣਾ ਤੈਨੂੰ ਉੱਥੇ ਜਾ ਕੇ ਹਾਂ ਫਿਰ ਮੈਂ ਹੋਰ ਕਦੋਂ ਦਾ ਕੀ ਪੁੱਛੀ ਜਾਣਾ ਤੈਨੂੰ ਤੁਸੀਂ ਪੁੱਛੀ ਜਾਂਦੇ ਆ ਦੱਸਦੇ ਨਹੀਂ ਕੁਛ ਵੀ ਹੈ ਇਹ ਬੱਚਾ ਬੜਾ ਖਤਰਨਾਕ ਬਣੂਗਾ ਉਹ ਕਿਸੇ ਮਰਜ਼ੀ ਫੀਲਡ 'ਚ ਹੋਵੇ ਚਲੋ ਵਿਆਹ ਕਹਿ ਬਾਤ ਸੋ ਇਹ ਬੱਚਾ ਤੁਹਾਨੂੰ ਬਹੁਤ ਐਕਟਿਵ ਮਿਲਿਆ ਸੋ ਇਸ ਬੱਚੇ ਨੂੰ ਮਿਲਦਾ ਜੀ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ ਆਪ ਰੋ ਪਿਓਰ ਰੂਟਸ ਦਾ ਪਿਆਰਾ ਹੈ ਗਿਫਟ ਅਤੇ ਜਿਉਣੇ ਮੁੜ ਵਾਂਗੂ ਪਿੱਛੇ ਮੁੜ ਕੇ ਦੇਖੀ ਚੱਲ ਬਹੁਤ ਲਓ ਵੀ ਤੇਰੇ ਤਾੜੀਆਂ ਲਾਓ ਯਾਰ ਵਾਹ ਕਿਆ ਵਾਹ ਕਮਾਲ ਬੱਚਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਹਾਂਜੀ ਵਧੀਆ ਹੋਰ ਕਿੱਥੋਂ ਆਉਣੇ ਹੋ ਪੋਤਨੇ ਹੋ ਪੋਤਨਾ ਪੂਤਨੇ ਕਿੰਨੇ ਕਿਲੋਮੀਟਰ ਇੱਥੋਂ 18 ਤੋਂ 18 ਕਿਲੋਮੀਟਰ ਹੋਰ ਗੇਮ ਮਤਲਬ ਕਿਹੜੀ ਕਰਦੇ ਹੋ ਕੁਛ ਨਾ ਗੇਮ ਥੋੜੀ ਬਹੁਤ ਦੇਖੀ ਹੋਵੇ ਸਾਰੀਆਂ ਦੇਖ ਲਈ ਫਿਰ ਵੀ ਮਤਲਬ ਜਿਹੜੀ ਜ਼ਿਆਦਾਤਰ ਆਪਾਂ ਕਹਿੰਦੇ ਹਾਂ ਕਿ ਆਪਾਂ ਇੰਟਰਸਟਿੰਗ ਨਾਲ ਥੋੜ੍ਹਾ ਦੇਖਦੇ ਹੁੰਦੇ ਹਾਂ ਫੁੱਟਬਾਲ ਕ੍ਰਿਕਟ ਜਾਂ ਕਬੱਡੀ ਕੁਛ ਵੀ ਕਬੱਡੀ ਕਬੱਡੀ ਓਕੇ ਸੋ ਕੀ ਕਰਕੇ ਦਿਖਾਓਗੇ ਹੁਣ ਸੌਂਗ ਸੌਂਗ ਚਲਾਓਗੇ ਕਿਹੜਾ
ਉਹ ਲਿਖਿਆ ਵਾ ਕਿਸੇ ਮੁੰਡੇ ਦਾ ਛੋਟਾ ਜਿਹਾ ਪੈਰਾ ਹੀ ਇੱਕ। ਅੱਛਾ ਆਹ ਫੜੋ ਮਾਈਕ, ਸੋ ਸੁਣਦੇ ਜੀ ਵੀਰੇ ਦਾ ਗਾਣਾ। ਓਏ ਕਹਿੰਦਾ ਮੇਰੇ ਸ਼ੇਰੋ ਖੇਸ ਪਾ ਦੋ ਸਵਰਾਜ ਤੇ, ਅੱਜ ਪਿੱਛੋਂ ਝੂਟੇ ਤੁਸੀਂ ਲਓਗੇ ਜਹਾਜ਼ ਤੇ, ਉਹ ਸਵੇਰੇ ਲਓ ਝੋਲਾ ਭਰ ਕੇ, ਲੈ ਲੂ ਜਿਹੜਾ ਲਾਲੇ ਨੇ ਵਿਆਜ ਲੈਣਾ ਏ ਹਾਏ। ਉਹ ਖਾਧੀ ਪੀਤੀ ਵਿੱਚ ਜੱਟ ਆਖਦਾ ਜੱਟੀ ਨੂੰ, ਤੇਰੇ ਪੇਕੇ ਜਾਣ ਵਾਸਤੇ ਜਹਾਜ਼ ਲੈਣਾ ਏ। ਕਿਆ ਬਾਤ ਹੈ। ਉਹ ਕਮਰੇ ਚਲਾ ਦੂ ਕਹਿੰਦਾ ਏਸੀ ਕੂਲ ਕੂਲ ਨੀ, ਢਾ ਕੇ ਵਾਸ਼ਰੂਮ ਬਣਾ ਦੇਣਾ ਪੂਲਨੀ। ਕਮਰੇ ਚਲਾ ਦੂ ਕਹਿੰਦਾ ਏਸੀ ਕੂਲ ਕੂਲ ਨੀ, ਢਾ ਕੇ ਵਾਸ਼ਰੂਮ ਬਣਾ ਦੇਣਾ ਪੂਲਨੀ। ਆਪ ਚਾਹੇ ਸੀਨੇ ਤੇ ਹੰਡਾਲੇ ਲੱਖਾਂ ਦੁੱਖ, ਪਰ ਮੇਰਿਆਂ ਜਵਾਕਾਂ ਨੇ ਨਾ ਦੁੱਖ ਸਹਿਣਾ ਏ। ਉਹ ਖਾਧੀ ਪੀਤੀ ਵਿੱਚ ਜਾ ਤੇ ਆਖਦਾ ਜੱਟੀ ਨੂੰ, ਤੇਰੇ ਪੇਕੇ ਜਾਣ ਵਾਸਤੇ ਜਹਾਜ਼ ਲੈਣਾ ਏ। ਕਿਆ ਬਾਤ ਆ, ਕਿਆ ਬਾਤ ਆ। ਉਂਝ ਤਾਂ ਮੁੰਡੇ ਨੂੰ ਕੋਈ ਸਾਈਕਲ ਨਾ ਦੇਵੇ, ਪਰ ਸੁਪਨੇ ਚ ਬੱਲੀਏ ਜਹਾਜ਼ ਲੈ ਕੇ ਸੌਂਦਾ ਏ। ਕਿਆ ਬਾਤ ਹੈ, ਬਹੁਤ ਸੋਹਣੀ ਆਵਾਜ਼, ਬਹੁਤ ਸੋਹਣਾ ਗਾਣਾ, ਕਿਆ ਬਾਤ ਹੈ। ਆਏ ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਵੀਰੇ, ਬਹੁਤ ਸੋਹਣੀ ਆਵਾਜ਼ ਤੁਹਾਡੀ। ਸੋ ਪਿਓਰ ਉਸਦਾ ਪਿਆਰਾ ਗਿਫਟ ਤਾਂ ਮਿਲੂਗਾ ਹੀ ਮਿਲੂਗਾ ਜੀ। ਸੋ ਗਾਣੇ ਕ੍ਰੀਏਟਿਵਿਟੀ ਵਾਲੇ ਸੀਗੇ, ਆਹ ਫੜੋ ਵੀਰੇ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ। ਜ਼ੋਰਦਾਰ ਤਾੜੀ ਵੀਰੇ ਵਾਸਤੇ। ਥੈਂਕ ਯੂ ਬਾਈ, ਥੈਂਕ ਯੂ, ਥੈਂਕ ਯੂ। ਸੋ ਜੀ ਬਾਬਾ ਗਾਂਧਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੌਣਕਾਂ ਇਸ ਤਰ੍ਹਾਂ ਲੱਗਣਗੀਆਂ ਭਦੌੜ ਦੇ ਵਿੱਚ। ਸੋ ਮਿਲਦੇ ਇੱਕ ਛੋਟੀ ਜੀ। ਸੋ ਲਓ ਜੀ, ਅਸੀਂ ਵਾਪਸ ਆ ਚੁੱਕੇ ਹਾਂ ਬਰਨਾਲੇ ਏਰੀਏ ਵਿੱਚ ਹੁੰਦੇ ਹੋਏ ਭਦੌੜ। ਸੋ ਆਪਣੇ ਸ਼ੋਅ ਦਾ ਨਾਮ ਹੈ ਅੱਧੀ ਚੁੱਟੀ। ਹੈ ਇੱਕ ਮਿੰਟ, ਕਿਹੜਾ? ਅੱਧੀ ਚੁੱਟੀ ਸਾਰੀ। ਇਹ ਚੁੱਟੀ ਲੈਣ ਨੂੰ ਫਿਰਦਾ ਤਾਂ ਹੀ ਕਰ। ਅੱਧੀ ਚੁੱਟੀ ਸਾਰੀ। ਉਹੀ ਹੈ ਜਿਹੜਾ ਰੋਲ ਕੈਮਰਾ ਐਕਸ਼ਨ ਕਹਿੰਦਾ ਹੁੰਦਾ ਸੀਗਾ। ਸੋ ਕੁਛ ਨਹੀਂ ਡਰਨਾ, ਅਸੀਂ ਸੀਨ ਕਰਾਂਗੇ, ਤੂੰ ਇੱਥੇ ਮੂਹਰੇ ਖੜ ਕੇ ਤਾੜੀ ਜੀ ਬਣਾ ਲੈ ਹੱਥ ਦੇ ਨਾਲ, ਅਤੇ ਇੱਥੇ ਰੋਲ ਕੈਮਰਾ ਐਕਸ਼ਨ ਕਹਿ ਕੇ ਤੂੰ ਸਾਈਡ 'ਤੇ ਹੋ ਜਾਣਾ, ਠੀਕ ਹੈ? ਹਾਂਜੀ ਬੋਲ। ਰੋਲ ਕੈਮਰਾ ਐਕਸ਼ਨ। ਚੱਲ ਪਿੱਛੇ ਜਾਉਣਾ, ਚੱਲ ਪਿੱਛੇ ਜਾ। ਹਾਂਜੀ, ਹੋਰ ਠੀਕ ਠਾਕ ਹੋ? ਵਧੀਆ। ਸੋ ਇਹ ਨਹੀਂ ਜੀ, ਜਿਹੜੇ ਸਾਡੇ ਭਾਈ ਸਾਹਿਬ ਇੱਥੇ ਸਾਡੇ ਨਾਲ ਭੂਪਣੀ ਸੇਵਾ ਨਿਭਾ ਰਹੇ ਨੇ। ਸੋ ਇਹ ਸਾਡੇ ਨਾਲ ਭੂਪਣੀ ਦਾ ਜਿਹੜਾ ਕੰਮ ਕਾਰ ਉਹ ਨਵਾਂ ਨਵਾਂ ਸਿੱਖੇ ਨੇਗੇ। ਸੋ ਹੁਣ ਇੱਕ ਵਾਰ ਤੁਹਾਨੂੰ ਭੂਪਣਾ ਵਜਾ ਕੇ ਦਿਖਾਉਂਗੇ। ਹਾਂਜੀ ਭੂਪਣਾ ਆਉਣ ਦਿਓ। ਸੋ ਇਹੋ ਜਿਹੀ ਕਲਾ, ਇਹੋ ਜਿਹੀ ਕਲਾ ਪਤਾ ਕਿੰਨਾ 'ਚ ਹੁੰਦੀ ਹੁੰਦੀ ਹੈ? ਜਿਹੜੇ ਬੈਪਤੀ ਹੁੰਦੇ ਨੇ, ਮੈਂ ਬਹੁਤ ਕਰਦਾ ਰਿਹਾ ਤਾਂ ਕਰਕੇ। ਸੋ ਕਿਹੜੀ ਕਲਾਸ 'ਚ ਪੜ੍ਹਦੇ ਹੋ? ਪਲੱਸ 1 'ਚ। ਪਲੱਸ 1 'ਚ ਵੱਡੇ ਹੋ ਕੇ ਸੋਚਦੇ ਕੁਛ? ਵੱਡੇ ਹੋ ਕੇ 2 ਸਾਲ ਪਏ ਨੇ ਸੋਚਣਾ, ਹਜੇ ਤਾਂ 2 ਸਾਲ ਪਏ ਆ ਸੋਚਣਾ। 2 ਸਾਲ ਕਾਹਦੇ ਪਏ ਨੇ? ਪਲੱਸ 2 ਪਈ ਆ ਹਜੇ, ਸਾਲ 2 ਸਾਲ ਲੈ ਕੇ ਪਲੱਸ 2 'ਚ ਨਾ ਨਾ ਸਾਲ ਤੱਕ ਹੀ ਲਾਉਣਾ। ਫਿਰ ਉਹ ਬਾਬੇ ਦੀ ਕਿਰਪਾ ਜੇ ਦੋ ਲੱਗ ਗਈ ਨਾ ਪੜ੍ਹੀ, ਕਿਰਪਾ ਤੇਰੀ ਹੋ ਜੂ ਨਾ ਨਾ ਪੜ੍ਹਦੇ ਤਾਂ ਬਹੁਤ। ਚੱਲ ਕੋਈ ਨਾ, ਪੜ੍ਹਦਾ ਬਾਈ ਇਹ? ਜੇ ਪੜ੍ਹਦਾ, ਮੈਂ ਪਹਿਲਾਂ ਇੱਕ ਮਿੰਟ ਗੱਲ ਸੁਣ, ਜਿਹੜਾ ਜੇ ਪੜ੍ਹਦਾ ਤਾਂ ਵੀ ਦੱਸੂਗਾ ਮੈਂ, ਜੇ ਤਾਂ ਪੜ੍ਹਦਾ ਹੋਇਆ ਫਿਰ ਤਾਂ ਲਾ ਦਿਓ ਤਾੜੀਆਂ, ਜੇ ਨਹੀਂ ਪੜ੍ਹਦਾ ਫਿਰ ਲਾਇਓ ਕੂਕਾ। ਹਾਂਜੀ ਨਾਲ ਦੇ ਸਾਥ ਨਹੀਂ ਨਾ ਦਿੰਦੇ ਹੁੰਦੇ ਪੜ੍ਹਨ ਪੁੜਨ ਵਾਲੇ ਕੰਮਾਂ 'ਚ? ਯਾਰ ਦਿੰਦੇ ਕਿਉਂ ਨਹੀਂ ਹੁੰਦੇ ਸਾਥ? ਆ ਹੁਣ ਆਪਸ ਸਾਥ ਦੇ ਰਹੇ ਇੱਕ ਦੂਜੇ ਦਾ, ਇਹ ਹੁਣ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ ਰਹੇ? ਇਹ ਤਾਂ ਦੇ ਰਹੇ ਆ, ਪੜ੍ਹਨ ਵਾਲੇ ਕੰਮਾਂ 'ਚ ਨਹੀਂ ਨਾ ਦਿੰਦੇ। ਚੱਲ ਕੋਈ ਨਹੀਂ ਯਾਰ, ਇਹਦੇ ਬਾਅਦ ਚਲੋ ਹੁਣ ਤਾੜੀਆਂ ਲਾ ਦਿਓ, ਪੜ੍ਹਦਾ ਵੀ ਹੋਣਾ, ਤਾੜੀਆਂ ਲਾ ਦਿਓ। ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੌਂਗ ਗਾਣਾ ਬਰੋਬਰ ਬੋਲੀ। ਮਾਈ ਨੇਮ ਇਜ਼ ਕਮਲਪ੍ਰੀਤ ਕੌਰ। ਭਾਈ ਭਾਈ ਪੁੱਛ ਰਿਹਾ ਸੀ ਕਿ ਨਾਮ ਦੱਸ ਦਿਓ, ਕਿੱਥੋਂ ਆਉਣੇ ਹੋ? ਸ਼ੈਣੇ ਤੋਂ। ਸ਼ੈਣਾ 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 ਦੰਨਣ 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 ਦੰਨਣ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ। ਸੋ ਬਹੁਤ ਵਧੀਆ, ਇਹ ਜਿਹੜੇ ਸਾਡੇ ਭਾਈ ਨੇ ਚੀਕਾਂ ਦਾ ਬਹੁਤ ਸਾਥ ਦੇ ਰਹੇ ਨੇ। ਕੱਲ ਨੂੰ ਚਾਹੇ ਇਹ ਛੁੱਟੀ ਮਾਰ ਲੈਣਗੇ ਸਾਡਾ ਗਲਾ ਖਰਾਬ ਹੈ ਜੀ, ਪਰ ਅੱਜ ਕਹਿੰਦੇ ਜ਼ੋਰ ਪੂਰਾ ਲਾਉਣਾ ਹੈ। ਕਿਆ ਬਾਤ ਹੈ। ਹਾਂਜੀ ਹਾਂਜੀ ਹਾਂਜੀ। ਸੋ ਇਸ ਤੋਂ ਬਾਅਦ ਆਪਾਂ ਗੁੜੀਆ ਦਾ ਗਾਣਾ ਸੁਣਦੇ ਹਾਂ ਜੀ। ਸੋ ਹਾਂਜੀ ਬੇਟਾ, ਆਵਾਜ਼ ਉੱਚੀ ਰੱਖਿਓ, ਠੀਕ ਹੈ? ਆਉਣ ਦਿਓ ਗਾਣਾ। ਹਾਂਜੀ ਤੇਰੀ ਕਕੂਰ ਨਾਲ ਚੁੱਪ ਕਰ ਜਾਨੀਆਂ, ਪਤਾ ਕਮਜ਼ੋਰੀ ਤੈਨੂੰ ਤੇਰੀ ਮੈਂ ਦੀਵਾਨੀਆਂ। ਤੇਰੀ ਕਕੂਰ ਨਾਲ ਚੁੱਪ ਕਰ ਜਾਨੀਆਂ, ਪਤਾ ਕਮਜ਼ੋਰੀ ਤੈਨੂੰ ਤੇਰੀ ਮੈਂ ਦੀਵਾਨੀਆਂ। ਨਿੱਤ ਬੈਠਦਾ ਬਣਾ ਕੇ ਵੇ ਤੂੰ ਟੋਲੀ, ਬੈਠਦਾ ਬਣਾ ਕੇ ਵੇ ਤੂੰ ਟੋਲੀ, ਤਾਈਓ ਮੇਰੇ ਸਿਰ ਚੜਦਾ ਜੇ ਮੈਂ ਨਾ ਬਰੋਬਰ ਬੋਲੀ, ਤਾਈਓ ਮੇਰੇ ਸਿਰ ਚੜਦਾ। ਤੇਰੀਆਂ ਮੈਂ ਆਕੜਾਂ ਨੂੰ ਫਿਰਾਂ ਜਰਦੀ, ਜਿੰਨਾ ਕਰਦਾ ਤੂੰ ਗੁੱਸਾ ਮੈਂ ਪਿਆਰ ਕਰਦੀ। ਰੱਖਦੀ ਆ ਪੂਰਾ ਤੇਰਾ ਮਾਣ ਸੋਹਣਿਆ, ਤੈਨੂੰ ਮੈਂ ਭੁਲੇਖਾ ਤੇਰੇ ਕੋਲੋਂ ਡਰਦੀ, ਤੇਰੇ ਪੱਖ ਤੋਂ
ਇਸ ਕੁੜੀ ਨੂੰ ਮਿਲਦਾ ਜੀ ਪਿਓਰ ਰੂਟਸ ਵੱਲੋਂ ਪਿਆਰਾ ਗਿਫਟ ਪਿਆਰੀ ਜੀ ਆਵਾਜ਼ ਤੇ ਹਾਂਜੀ ਲਿਆਓ ਜੀ ਸੋ ਆ ਲਓ ਬੇਟਾ ਥੈਂਕ ਯੂ ਜ਼ੋਰਦਾਰ ਤਾੜੀਆਂ ਬੱਚੇ ਲਈ ਹਾਂਜੀ ਕੈਨੇਡਾ ਤੋਂ ਆਡੀਅੰਸ ਪਹੁੰਚੀ ਹੈ ਜਿਹੜੀ ਕੈਨੇਡਾ ਵਾਲੇ ਵਾਸਤੇ ਜ਼ੋਰਦਾਰ ਤਾੜੀਆਂ ਕੈਨੇਡਾ ਵਾਲੇ ਕੈਨੇਡਾ ਤੋਂ ਆਏ ਹੋ ਆਪਾਂ ਵੀ ਕੈਨੇਡਾ ਤੋਂ 1 2 3 1 ਜੌਨੀ ਜੌਨੀ ਜੈਸ਼ ਪਾਪਾ ਇਤੀ ਚੂਵੇ ਨੋ ਪਾਪਾ ਕੈਨੀ ਨਾਈ ਨੋ ਪਾਪਾ ਅਪਿਓ ਮਾਊ ਹਾ 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 ਵੈਰੀ ਗੁੱਡ ਵੈਰੀ ਗੁੱਡ ਸੋ ਇਹ ਜਿਹੜੇ ਕੈਨੇਡਾ ਤੋਂ ਆਏ ਨੇ ਸੋ ਪੰਜਾਬੀ ਨਾਲ ਕਿੰਨਾ ਪਿਆਰ ਹੈ ਮਾਂ ਬੋਲੀ ਸਾਡੀ ਪੰਜਾਬੀਆਂ ਦੀ ਸੋ ਦੇਖੋ ਪੰਜਾਬ 'ਚ ਆਏ ਨੇ ਸਪੈਸ਼ਲ ਥੋੜ੍ਹਾ ਥੈਂਕ ਯੂ ਕਰਦੇ ਵੈਲਕਮ ਕਰਦੇ ਅਸੀਂ ਵੈਲਕਮ ਵਾਓ ਇਹ ਹੁੰਦੇ ਨੇ ਕੈਨੇਡੀਅਨ ਪੇਸ਼ੈਂਸ ਪੇਸ਼ੈਂਸ ਹੁੰਦੇ ਆ ਹੋਰ ਕੀ ਹੁੰਦੇ ਨੇ ਮੈਂ ਘਰੇ ਹੈਂ ਘਰੇ ਜਾਣਾ ਨਹੀਂ ਬੇਟਾ ਹੋਮ ਹੋਮ ਟਾਊਨ ਹੋਮ ਟਾਊਨ ਹੋਮ ਟਾਊਨ ਹੋਮ ਟਾਊਨ ਵਾਓ ਵਾਓ ਐਂ ਕਰੋ ਕਹਿ ਯਾ 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 ਉਧਰ ਉਧਰ ਕੈਮਰੇ ਕੈਮਰੇ ਵੱਲ ਕਰੋ ਨਹੀਂ ਹੱਥ ਵੀ ਕਰੋ ਐਂ ਕਹਿ ਯਾ 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 ਸੋ ਬੇਟਾ ਪਾਪਾ ਦਾ ਨਾਮ ਕੀ ਹੈ ਗਗਨਦੀਪ ਸਿੰਘ ਗਗਨਦੀਪ ਸਿੰਘ ਮੰਮਾ ਦਾ ਨਾਮ ਕੀ ਹੈ ਮਨਪ੍ਰੀਤ ਮਨਪ੍ਰੀਤ ਆਦਰ ਤੇਰੀ ਉਹੀ ਖੜੀ ਹੈ ਕਿੱਥੇ ਫਸਾਤ ਆ ਜਿਹੜੀ ਜਨਤਾ ਖੜੀ ਉੱਪਰ ਲਗਾੜ ਉਹ ਦੇਖ ਬੇਟਾ ਇਹ ਪੰਜਾਬ ਦਾ ਕਲਚਰ ਹੈ ਹਨਾ ਸੋ ਕਿ ਚੱਲੀ ਹੁਣ ਆਪਾਂ ਓਕੇ ਬਾਏ ਬਾਏ ਥੈਂਕ ਯੂ ਲਵ ਯੂ ਹਾਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਇੱਕ ਜਿਹੜੀ ਕ੍ਰੀਏਟੀਵਿਟੀ ਨਵੀਂ ਇੱਕ ਕਹਿੰਦੇ ਸੀ ਕਿ ਭੂਤ ਦੀ ਆਵਾਜ਼ ਨਿਕਲਦੀ ਹੈ ਜਿਹੜੀ ਉਹ ਕੌਣ ਕਰਦਾ ਹੈ ਉਹ ਮੇਰਾ ਛੋਟਾ ਵੀਰ ਵੀਰ ਦਾ ਨਾਮ ਸਮਿੰਦਰਜੀਤ ਸਿੰਘ ਅੱਛਾ ਦੇਖੋ ਜੀ ਉਹ ਮਤਲਬ ਨਾਮ ਵੀ ਉਹੀ ਭੂਤਾਂ ਸਮਿੰਦਰ ਸਿੰਘ ਮਤਲਬ ਸੋ ਹੁਣ ਇੱਕ ਵਾਰ ਸਾਨੂੰ ਜ਼ੋਰਦਾਰ ਮਤਲਬ ਕਿ ਜੋ ਵੀ ਕਰਦੇ ਨੇ ਆਪਣੀ ਕ੍ਰੀਏਟੀਵਿਟੀ ਉਹ ਕਰਕੇ ਦਿਖਾਓ ਪਲੀਜ਼ ਸੋ ਇਹ ਬਹੁਤ ਵਧੀਆ ਲੱਗਿਆ ਵੀਰ ਨਾਲ ਗੱਲਬਾਤ ਹੋਰ ਕਰਾਂਗੇ ਆਪਾਂ ਕ ਰਹਿਣ ਦੀ ਇਹ ਮਹਾਰਾਜ ਦੇ ਮਜਾਨਾ ਚੱਲ ਠੀਕ ਹੈ ਓਕੇ ਥੈਂਕ ਯੂ ਆਹੀ ਚੀਕਾਂ ਮਾਰਾਂਗੇ ਭਾਈ ਚੀਕਾਂ ਦਾ ਕੰਮ ਜਾਰੀ ਰੱਖੀ ਕੱਲ ਤੁਹਾਨੂੰ ਬਿਕਸ ਗੁਲ ਜਾ ਕੇ ਦੂੰਗਾ ਇੱਕ ਠੀਕ ਹੈ ਓਕੇ ਥੈਂਕ ਯੂ ਹਾਂਜੀ ਆਪਾਂ ਆ ਜਾਓ ਕੀ ਨਾਮ ਹੈ ਅਨਮੋਲਪ੍ਰੀਤ ਸਿੰਘ ਅਨਮੋਲਪ੍ਰੀਤ ਸਿੰਘ ਅੱਜ ਤੁਸੀਂ ਆ ਜਾਓ ਅਨਮੋਲਪ੍ਰੀਤ ਸਿੰਘ ਕਿੱਥੋਂ ਹੈ ਦੋ ਜੀ ਤੁਸੀਂ ਅਨਮੋਲਪ੍ਰੀਤ ਹਾਂਜੀ ਤੁਸੀਂ ਅਨਮੋਲਪ੍ਰੀਤ ਅਨੰਤਜੋਤ ਸਿੰਘ ਅਨੰਤਜੋਤ ਸਿੰਘ ਅੱਛਾ ਸੁਖਮਨਪ੍ਰੀਤ ਸਿੰਘ ਕੀ ਕਰਕੇ ਦਿਖਾਓਗੇ ਉਹ ਕਮੇਡੀ ਜੀ ਆ ਹੈ ਕਮੇਡੀ ਜੀ ਆ ਟੇਡੀ ਜੀ ਆ ਉਹ ਕਮੇਡੀ ਉਹ ਕਮੇਡੀ ਭਰਾਵਾ ਸੁਣਦਾ ਕਿਉਂ ਨਹੀਂ ਮੈਂ ਤੈਨੂੰ ਕਮੇਡੀ ਕਮੇਡੀ ਕਹਿੰਦਾ ਉਹਨਾਂ ਹੱਥਾਂ ਦੇ ਮਰੂ ਤੂੰ ਸੁਣਦਾ ਹੀ ਨਹੀਂ ਮੇਰੀ ਗੱਲ ਵੀਰੇ ਤੁਸੀਂ ਕਹੋ ਕਿ ਕਮੇਡੀ ਡਾਇਲੋਗ ਬੋਲਣਾ ਕਮੇਡੀ ਡਾਇਲੋਗ ਬੋਲਣਾ ਹਾਂਜੀ ਹਮਾਰੇ ਦੇਸ਼ ਕੇ ਪਹਿਲੇ ਪ੍ਰਧਾਨ ਮੰਤਰੀ ਕੌਣ ਥੇ ਸਰ ਪੰਡਿਤ ਜਵਾਹਰ ਲਾਲ ਨਹਿਰੂ ਹਮਾਰਾ ਦੇਸ਼ ਆਜ਼ਾਦ ਕਬ ਹੁਆ ਕੋਸ਼ਿਸ਼ ਤੋਂ 1857 ਸੇ ਚੱਲ ਰਹੀ ਥੀ ਪਰ ਆਜ਼ਾਦੀ 1947 ਮੇਂ ਮਿਲੀ ਹਮਾਰੀ ਪ੍ਰਿਥਵੀ ਗੋਲ ਹੈ ਸਰ ਸਾਇੰਟਿਸਟ ਕਹਤੇ ਤੋ ਹੈ ਅਭੀ ਤੱਕ ਸਿੱਧ ਨਹੀਂ ਕਰ ਪਾਏ ਚਲੋ ਸੀਟ ਪਰ ਜਾਓ ਆਪਕਾ ਜਨਮ ਕਬ ਹੁਆ ਸਰ ਕੋਸ਼ਿਸ਼ ਤੋਂ 1857 ਸੇ ਚੱਲ ਰਹੀ ਥੀ ਪਰ ਕਾਮਯਾਬੀ 1947 ਮੇਂ ਮਿਲੀ ਤੂੰ ਟਿਕਟ ਵੀ ਚਲਾਉਣੀ ਹੁੰਦੀ ਫਿਰ ਠੀਕ ਹੈ ਓਕੇ ਅਤੇ ਟਿਚ ਦੀ ਸਾਹਿਬ ਲਾ ਲਿਆ ਮੈਨੇ ਓਕੇ ਥੈਂਕ ਯੂ ਮਿਲੋ ਓਕੇ ਜਿਉਂਦੇ ਵਾਸਤੇ ਰਹੋ ਗੋਡ ਬਲੈਸ ਯੂ ਥੈਂਕ ਯੂ ਜ਼ੋਰਦਾਰ ਤਾੜੀਆਂ ਟਿਕਟੋਕ ਵਾਲੇ ਵਾਸਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਬੇਟਾ ਤੁਹਾਡਾ ਮੈਕ ਮੈਕ ਤੁਹਾਡਾ ਹਰਨੂਰ ਹਰਨੂਰ ਕੀ ਕਰਕੇ ਦਿਖਾਓਗੇ ਪੋਇਮ ਪੋਇਮ ਸੁਣਾਓਗੇ ਸੁਰਵਾ ਫੜੋ ਮਾਈਕ ਸੋ ਸੁਣਦੇ ਜੀ ਬੱਚੇ ਦੀ ਪੋਇਮ ਦੇਖ ਪਰਾਠਾ ਆਲੂ ਕਾ ਮਨ ਲਲਚਾਇਆ ਬਾਲੂ ਕਾ ਬੋਲਾ ਹਮ ਵੀ ਖਾਏਂਗੇ ਕੁਛ ਘਰ ਪਰ ਲੈ ਜਾਏਂਗੇ ਕਹੇ ਲੂੰਬੜੀ ਨਾ 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 ਯੇ ਘਰ ਪਰ ਲੈ ਜਾਣਾ ਨਾ ਇਤਨੇ ਸੇ ਕਨ ਪਾਉਂਗੀ ਖੁਦ ਭੂਖੀ ਰਹਿ ਜਾਉਂਗੀ ਇਸੇ ਤਰ੍ਹਾਂ ਪੋਇਮਾਂ ਗਾਉਂਦੇ ਰਹੋ ਠੀਕ ਹੈ ਓਕੇ ਥੈਂਕ ਯੂ ਬੇਟਾ ਸੋ ਉੱਪਰੋਂ ਬਾਰਿਸ਼ ਦਾ ਮਾਹੌਲ ਹੈ ਸੋ ਕੁਛ ਨਹੀਂ ਬਾਰਿਸ਼ ਤੋਂ ਅਸੀਂ ਨਹੀਂ ਡਰਦੇ ਕਿਉਂਕਿ ਛੋਟੇ ਹੁੰਦੇ ਸੀ ਨਹਾਉਂਦੇ ਰਹੇ ਹਾਂ ਪਾਣੀਆਂ ਵਿੱਚ ਮੀਂਹ ਵਾਲੇ ਪਾਣੀ 'ਚ ਨਾ ਹਾਂਜੀ ਹਾਂਜੀ ਹੋਰ ਠੀਕ ਠਾਕ ਹੋ ਵਧੀਆ ਕੀ ਕਰਕੇ ਦਿਖਾਓਗੇ ਮੈਂ ਦੁੱਗਲ ਸਰ ਦੀ ਮਿਮਿਕਰੀ ਕਰਨੀ ਆ ਕਿਵੇਂ ਲਗਾਉੜ ਇਕੱਠੀ ਹੋਈ ਹੈ ਇੱਥੇ ਇਹਨਾਂ ਨੂੰ ਪੜ੍ਹਨ ਨੂੰ ਕਹਿ ਦਿਓ ਨਾਗ ਲੜ ਜੂ ਇਹਨਾਂ ਦੇ ਤੋਂ ਉਹਦੀ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਚਲੋ ਜੀ ਬਾਰਿਸ਼ ਦਾ ਮਾਹੌਲ ਥੋੜ੍ਹਾ ਜ਼ਿਆਦਾ ਹੋ ਗਿਆ ਸਾਨੂੰ ਥੋੜ੍ਹਾ ਜਿਹਾ ਕੋਈ ਨਹੀਂ ਆਪਾਂ ਮਾਹੌਲ ਦੁਬਾਰਾ ਬਣਾਵਾਂਗੇ ਬਾਹਰ ਆਵਾਂਗੇ ਥੋੜ੍ਹਾ ਜਿਹਾ ਇਹਨੂੰ ਘਟਾ ਦੀ ਮੀਂਹ ਨੂੰ
ਪਤਾ ਕੀ ਹੈ ਆਪਣੇ ਜਿਹੜੇ ਮਾਈਕ ਨੇ ਕੈਮਰੇ ਨੇ ਉਹਨੂੰ ਪ੍ਰੋਬਲਮ ਆ ਜਾਣੀ ਹੈ ਸੋ ਇਸ ਕਰਕੇ ਸੋ ਮਿਲਦੇ ਹਾਂ ਕਿ ਜੀ ਥੋੜ੍ਹਾ ਜਿਹਾ ਅੰਦਰ ਜਾ ਕੇ ਆਉਣੇ ਸੀ ਸੋ ਬ੍ਰੇਕ ਤੋਂ ਬਾਅਦ ਮਿਲੀਏ ਆਪਾਂ ਹੈ ਜੀ ਸੋ ਇੱਕ ਵਾਰ ਮੀਂਹ ਦੇ ਹਿਸਾਬ ਨਾਲ ਬ੍ਰੇਕ ਲੈਂਦੇ ਆਪਾਂ ਜੀ ਸੋ ਜੀ ਗੱਲਾਂ ਬਾਤਾਂ ਐਵੇਂ ਚੱਲਣਗੀਆਂ ਪਰ ਤੁਸੀਂ ਕਿਤੇ ਨਹੀਂ ਜਾਣਾ ਦੱਸਿਆ ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਸੋ ਲਓ ਜੀ ਅਸੀਂ ਵਾਪਸ ਆ ਚੁੱਕੇ ਹਾਂ ਬਰਨਾਲੇ ਏਰੀਏ ਵਿੱਚ ਹੁੰਦੇ ਹੋਏ ਭਦੌੜ ਸੋ ਆਪਣੇ ਸ਼ੋਅ ਦਾ ਨਾਮ ਹੈ ਕਿੱਥੋਂ ਆਏ ਹੋ ਬੱਚਿਆਂ ਨੇ ਜਿਹੜਾ ਗਿੱਧਾ ਭੰਗੜਾ ਜੋ ਵੀ ਇਹਨੇ ਪਰਫਾਰਮੈਂਸ ਕੀਤੀ ਹੈ ਸੋ ਇੰਨੀ ਕੁ ਵਧੀਆ ਕੀਤੀ ਕਿ ਰੱਬ ਵੀ ਮਿਹਰਬਾਨ ਹੋ ਗਿਆ ਸੋ ਜ਼ੋਰਦਾਰ ਤਾੜੀਆਂ ਵੀਰੇ ਹੋਰਾਂ ਲਈ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਸ ਤੋਂ ਬਾਅਦ ਬੁਲਾਵਾਂਗੇ ਆਪਾਂ ਹਾਂਜੀ ਬੇਟਾ ਤੁਸੀਂ ਆ ਜਾਓ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਕਿੱਥੋਂ ਚੁੰਗਾਂ ਤੋਂ ਓਕੇ 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 ਕਿਹੜੀ ਕਲਾਸ 'ਚ ਪੜ੍ਹਦੇ ਹੋ 7th C 7th C ਓਕੇ ਕੀ ਕਰਕੇ ਦਿਖਾਉਂਗੇ ਮੈਂ ਸੌਂਗ ਗਾਉਂਗੀ ਕਿਹੜਾ ਸੁਖਮਾਣਾ ਤੇਰੀ ਧੀ ਬਣ ਕੇ ਵਾਹ ਜੀ ਵਾਹ ਸੁਖਮਾਣਾ ਤੇਰੀ ਧੀ ਬਣ ਕੇ ਸੋ ਆ ਬੜਾ ਮਾਈਕ ਹਾਂਜੀ ਸੁਣਦੇ ਬੱਚੇ ਦਾ ਗਾਣਾ ਆਉਣ ਦੋ ਕਦੇ ਲਾਡੋ ਕਦੇ ਕਮਲੀ ਤੇ ਪੁੱਤ ਨੂੰ ਰੀਜਾਂ ਵਾਲਾ ਕੇ ਗੁੰਦੀ ਮੇਰੀ ਗੁੱਤ ਨੂੰ ਦੁੱਧ ਦਾ ਗਲਾਸ ਚੱਕੀ ਫਿਰਨਾ ਮੇਰਾ ਸ਼ੇਰ ਬੱਚਾ ਪੀ ਬਣ ਕੇ ਲਵ ਯੂ ਤੇਰੇ ਨਾ ਬੇਬੇ ਮੇਰੀ ਏ ਮੈਂ ਸੁਖਮਾਣਾ ਤੇਰੀ ਧੀ ਬਣ ਕੇ ਲਵ ਯੂ ਤੇਰੇ ਨਾ ਬੇਬੇ ਮੇਰੀ ਏ ਮੈਂ ਸੁਖਮਾਣਾ ਤੇਰੀ ਧੀ ਬਣ ਕੇ ਹੋ ਹਏ ਨਵੀਂ ਨਵੀਂ ਸਾਈਕਲ ਦੀ ਜਾਂਚ ਸਿੱਖਦੀ ਜਦੋਂ ਸੱਟ ਜੀ ਮਰਾ ਲਈ ਸੀ ਮੱਥੇ ਤੇ ਨੰਗੇ ਪੈਰੀ ਗੁਰੂ ਘਰੇ ਰੋਜ਼ ਜਾਂਦੀ ਸੀ ਭਾਵੇਂ ਚੜਿਆ ਬੁਖਾਰ ਜੇ ਲੱਥੇ ਤੇ ਮੈਨੂੰ ਚੜਿਆ ਬੁਖਾਰ ਜੇ ਲੱਥੇ ਤੇ ਧੁੱਪਾਂ ਵਿੱਚ ਛਾਵਾਂ ਸਾਨੂੰ ਕਰਦੀ ਚੇਤੇ ਮੇਰੇ ਰੁੱਖ ਤੂੰ ਸਰੀ ਬਣ ਕੇ ਲਵ ਯੂ ਤੇਰੇ ਨਾ ਬੇਬੇ ਮੇਰੀ ਏ ਮੈਂ ਸੁਖਮਾਣਾ ਤੇਰੀ ਧੀ ਬਣ ਕੇ ਲਵ ਯੂ ਤੇਰੇ ਨਾ ਬੇਬੇ ਮੇਰੀ ਏ ਮੈਂ ਸੁਖਮਾਣਾ ਤੇਰੀ ਧੀ ਬਣ ਕੇ ਹੋ ਹਏ ਵੈਰੀ ਗੁੱਡ ਜ਼ੋਰਦਾਰ ਕਲੈਪਿੰਗ ਸੋ ਬਹੁਤ ਸੋਹਣੀ ਆਵਾਜ਼ ਗੁੜੀਆ ਦੀ ਸੋ ਗਾਣਾ ਵੀ ਬਹੁਤ ਵਧੀਆ ਸੀਗਾ ਮਾਵਾਂ ਲਈ ਗਾਣਾ ਸੀ ਸੋ ਇੱਕ ਵਾਰੀ ਆਪਾਂ ਆਪਣੀ ਮਾਂ ਦੇ ਲਈ ਜ਼ੋਰਦਾਰ ਤਾੜੀ ਸੋ ਬੜਾ ਵਧੀਆ ਲੱਗਦਾ ਜੀ ਜਦੋਂ ਸਕੂਲਾਂ ਵਿੱਚ ਜਾਂਦੇ ਹਾਂ ਸਾਨੂੰ ਛੋਟੇ ਛੋਟੇ ਬੱਚੇ ਇਹਦੇ ਪਿਆਰੇ ਪਿਆਰੇ ਗੀਤ ਸੁਣਾਉਂਦੇ ਨੇ ਸੋ ਕੁਛ ਕੁ ਹੁੰਦੇ ਨੇ ਉਹ ਚੱਕਵੇਂ ਵੀ ਸੁਣਾਉਂਦੇ ਨੇ ਗਾਣੇ ਪਰ ਖੁਸ਼ੀ ਮਿਲਦੀ ਜਦੋਂ ਛੋਟੇ ਬੱਚੇ ਇੰਨਾ ਪਿਆਰੇ ਪਿਆਰੇ ਮਿੱਠੇ ਮਿੱਠੇ ਗਾਣੇ ਗਾਉਂਦੇ ਨੇ ਸੋ ਉਹਨਾਂ ਨੂੰ ਅਸੀਂ ਪਿਓਰ ਰੂਟਸ ਵੱਲੋਂ ਪਿਆਰਾ ਗਿਫਟ ਜ਼ਰੂਰ ਦਿੰਦੇ ਹੁੰਦੇ ਹਾਂ ਹਾਂਜੀ ਲਿਆਓ ਜੀ ਸੋ ਬੱਚੇ ਦੀ ਆਵਾਜ਼ ਬਹੁਤ ਸੋਹਣੀ ਸੀ ਬੇਟਾ ਰਿਆਜ਼ ਕਰਿਆ ਕਰੋ ਹੋਰ ਠੀਕ ਹੈ ਵਧੀਆ ਗਾਉਣੇ ਤੇ ਵਧੀਆ ਗਾਉਂਦੇ ਰਹਿਣਾ ਓਕੇ ਥੈਂਕ ਯੂ ਬੇਟਾ ਥੈਂਕ ਯੂ ਬੇਟਾ ਥੈਂਕ ਯੂ ਜ਼ੋਰਦਾਰ ਤਾੜੀਆਂ ਬੱਚੇ ਲਈ ਆ ਗਿਆ ਜੀ ਗਿੱਧਾ ਕਹਿੰਦੇ ਤਾੜੀਆਂ ਮੁੱਕਣੀਆਂ ਨਹੀਂ ਚਾਹੀਦੀਆਂ ਤਾੜੀਆਂ ਪੈਣ ਸੋ ਬੇਟਾ ਕਿੰਨਾ ਟਾਈਮ ਹੋ ਗਿਆ ਤਿਆਰ ਕਰਦੇ ਨੂੰ ਤੁਹਾਨੂੰ ਕਿਹੜਾ ਬੇੜਾ ਚੰਗੀਆਂ ਕੀਤੀਆਂ ਜੇ ਕੋਈ ਚੰਗੀ ਕੀਤੀ ਹੋਵੇ ਤਾਂ ਮੈਂ ਰੋਵਾਂ ਮਾੜੀਆਂ ਹੀ ਕੀਤੀਆਂ ਕਿਵੇਂ ਰੋਵਾਂ ਹਾਏ ਹਾਏ ਚੱਲ ਕੋਈ ਨਾ ਨੀ ਹੁਣ ਉਹਨੇ ਨਮਾਉਣ ਲੱਗਿਆ ਹੁਣ ਤਾਂ ਰੋ ਪਾਏ ਆਂਢ ਗੁਆਂਢ ਕੀ ਕਹੂਗਾ ਆਂਗੜ ਚੀਕੜ ਕਿਨੇ ਕੀਤਾ ਨੀ ਕਿਨੇ ਡੋਲਿਆ ਪਾਣੀ ਹਾਏ ਹਾਏ ਮੇਰੀ ਸੱਸੜੀ ਦੀ ਡਾਈ ਤੋਂ
ਨਹੀਂ ਜਾਂਦੇ ਆ ਹੁਣ ਤਾਂ ਰੋਲੇ ਨੱਕ ਵੜਾ ਕੇ ਰੱਖਦਾ ਸਰੀਕੇ ਚ ਬੀਬੀ ਛੱਡਨੀ ਪੀੜੀ ਦਾ ਪਾਵਾ ਨੀ ਸਾਡਾ ਨਹੀਂ ਉਹ ਦਾਵਾ ਨੀ ਦਾਵੇ ਵਾਲੇ ਲੈ ਨੀ ਚੱਲੇ ਨੀ ਹੁਣ ਤਾਂ ਉਹਦਾ ਭੋਗ ਵੀ ਪੈ ਗਿਆ ਰੋਲ ਹੈ ਹੁਣ ਤਾਂ ਸ਼ਰੀਕਾ ਕਬੀਲਾ ਕੀ ਕਹੂਗਾ ਪਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ ਕਾਰਜ ਹੋ ਗਏ ਪੂਰੇ ਨੀ ਪਾਗਾਂ ਵਾਲਿਆਂ ਦੇ ਵਾਹ ਜੀ ਵਾਹ ਬੋਲੀ ਚ ਕਰ ਦੇਣਾ ਕੀ ਹਾਏ ਇਧਰਲੇ ਉਈ ਵੀਲੇ ਲਈ ਗਏ ਜੱਸੇ ਹੋਰੀ ਇਹਨੂੰ ਪਤਾ ਵੀ ਜੀ ਗੱਲ ਕੀ ਕਹਿਣੀ ਬਸ ਇਹਨੂੰ ਐਂ ਪਤਾ ਲੱਗਦੀ ਕਿ ਐਂ ਜੇ ਕਹਿਣਾ ਹਾਏ ਚਲੋ ਇੱਕ ਵਾਰੀ ਇੱਧਰ ਘਾਉਣੇ ਪਹਿਲਾਂ ਇਹ ਸਾਰੇ ਇੱਕ ਦੋ ਤਿੰਨ ਇਹ 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 ਉਹਨੇ ਟੀਮ ਵਰਕ ਇਹ ਸਕੂਲ ਵਰਕ ਸਾਰਾ ਇਕੱਠੇ ਮਤਲਬ ਕਿ ਬੋਲੀ ਇੱਕ ਪਾਉਂਦੇ ਨੇ ਤਾਂ ਕੋਰਸ ਸਾਰੇ ਦਿੰਦੇ ਨੇ ਪਿੱਛੋਂ ਸਾਰੇ ਸੋ ਵਧੀਆ ਗੱਲ ਹੈ ਸੋ ਇੱਕ ਥੋੜ੍ਹੀ ਬੋਲੀ ਪਾਈ ਸੀ ਸੱਸ ਔਨਲਾਈਨ ਪਤਾ ਨਹੀਂ ਕਿਵੇਂ ਜੀ ਸੀ ਬੋਲੀ ਇੱਕ ਵਾਰ ਥੋੜ੍ਹੀ ਦੁਬਾਰਾ ਬੋਲੀ ਸੁਣਾਓ ਕਿਵੇਂ ਸੀ ਬੋਲੀ ਹਰ ਵੇਲੇ ਸੱਸ ਮੇਰੀ ਔਨਲਾਈਨ ਰਹਿੰਦੀ ਆ ਹਰ ਵੇਲੇ ਸੱਸ ਮੇਰੀ ਔਨਲਾਈਨ ਫੇਸਬੁੱਕ ਤੇ ਅਕਾਊਂਟ ਬਣਾਇਆ ਉਮਰਾਂ ਚ ਕੀ ਰੱਖਿਆ ਓੜੇ ਲਿਖ ਕੇ ਓੜੇ ਲਿਖ ਕੇ ਸਟੇਟਸ ਪਾਇਆ ਉਮਰਾਂ ਚ ਕੀ ਰੱਖਿਆ ਸੋ ਇਹ ਕਲਚਰ ਦਾ ਇੱਕ ਗਿੱਧਾ ਸੀ ਹੈ ਨਾ ਸੋ ਮਾਡਰਨ ਬੋਲੀਆਂ ਵਿੱਚ ਐਡ ਹੋ ਗਈਆਂ ਚਲੋ ਕੋਈ ਨਹੀਂ ਮਾਹੌਲ ਦੇ ਹਿਸਾਬ ਨਾਲ ਕਹਿੰਦੇ ਸਭ ਕੁਝ ਚੇਂਜ ਹੋਣਾ ਚਾਹੀਦਾ ਪਰ ਜ਼ਿਆਦਾ ਚੇਂਜ ਨਾ ਹੋਵੇ ਇਹ ਖੈਰ ਮਨਾਇਓ ਸਾਰੇ ਜਣੇ ਸੋ ਗਿੱਧਾ ਤੁਹਾਡਾ ਬਹੁਤ ਵਧੀਆ ਸੀਗਾ ਕਿਹਨਾਂ ਨੇ ਤਿਆਰ ਕਰਵਾਇਆ ਸੀ ਅਮਨ ਮੈਡਮ ਅਮਨ ਮੈਮ ਲਈ ਜ਼ੋਰਦਾਰ ਤਾੜੀਆਂ ਸੋ ਮੈਂ ਹਰੇਕ ਸਕੂਲ ਦੇ ਵਿੱਚ ਜਾ ਕੇ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੇ ਨਵੀਂ ਮਤਲਬ ਬੱਚੇ ਆ ਰਹੇ ਨੇਗੇ ਸਕੂਲਾਂ 'ਚ ਆ ਰਹੇ ਨੇਗੇ ਜਾਂ ਉਦੋਂ ਬਾਅਦ ਕਾਲਜਾਂ 'ਚ ਜਾਣਗੇ ਸੋ ਇਹਨਾਂ ਨੂੰ ਇਸ ਤਰੀਕੇ ਦੀ ਲੱਤ ਲਾ ਕੇ ਜ਼ਰੂਰ ਭੇਜੋ ਵੀ ਉਹ ਅੱਗੇ ਜਾ ਕੇ ਕਾਲਜਾਂ 'ਚ ਜਾ ਕੇ ਗਿੱਧਾ ਪਾਉਣ ਫੈਸਟੀਵਲ ਆਉਂਦੇ ਨੇ ਯੂਥ ਫੈਸਟੀਵਲ ਸੋ ਜਿਹੜੇ ਐਕਟਿੰਗ ਕਰਦੇ ਰਹੋ ਇਸ ਤਰੀਕੇ ਕਿ ਕਲਚਰ ਦੇ ਨਾਲ ਜੁੜੇ ਰਹਿਣ ਬੱਚੇ ਸੋ ਵਧੀਆ ਗੱਲ ਹੈ ਤੁਸੀਂ ਇਸ ਤਰ੍ਹਾਂ ਕਰਦੇ ਰਹੋ ਜ਼ੋਰਦਾਰ ਤਾੜੀਆਂ ਦਾ ਬੱਚਿਆਂ ਲਈ ਬਹੁਤ ਸੋਹਣਾ ਗਿੱਧਾ ਥੈਂਕ ਯੂ ਜ਼ੋਰਦਾਰ ਗਿੱਧਾ ਸੋ ਸਾਡੇ ਲਈ ਹੁਣ ਭੰਗੜੇ ਦੇ ਬੱਚੇ ਜਿਹੜੇ ਆਏ ਨੇ ਭੰਗੜਾ ਕਰਨਗੇ ਸੋ ਇਸ ਕਰਕੇ ਇੱਕ ਕਲੈਪਿੰਗ ਹੂਟਿੰਗ ਕਰ ਰਹੇ ਸੀ ਕਿਉਂਕਿ ਪੰਜਾਬ ਦਾ ਲੋਕ ਨਾਚ ਭੰਗੜਾ ਹਾਂਜੀ ਵੀਰੇ ਆ ਜਾਓ ਕਲੈਪਿੰਗ ਬਾਈ ਹੋਣਾ ਵਾਸਤੇ ਆ ਜਾਓ ਕੀ ਹਾਲ ਵੀਰੇ ਹੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ
ਇੰਨੀ ਕੁੱਕਾ ਰੋਲੀ ਤੁਹਾਡੇ ਕਰਕੇ ਮਤਲਬ ਬੋਲੀਆਂ ਵੀਰੇ ਬਹੁਤ ਸੋਹਣਾ ਭੰਗੜਾ ਤੁਹਾਡਾ, ਬਹੁਤ ਵਧੀਆ। ਕਿੰਨੇ ਟਾਈਮ ਤੋਂ ਤਿਆਰੀ ਕੀਤੀ ਹੈ? ਕੱਲ੍ਹ ਤੋਂ ਹੀ ਕੀਤੀ ਹੈ। ਓਕੇ, ਥੈਂਕ ਯੂ, ਜ਼ੋਰਦਾਰ ਤਾੜੀਆਂ ਭੰਗੜੇ ਵਾਲੇ ਮੁੰਡੇ ਲਈ। ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਇਸ ਤੋਂ ਬਾਅਦ ਅੱਛਾ ਤਾੜੀਆਂ ਮਾਰਦੀ ਆ ਰਹੀ ਹੈ। ਆ ਜਾਓ, ਆ ਜਾਓ, ਤਾੜੀਆਂ ਹੁਣ ਲਾ ਲਿਆ ਕਰੋ ਯਾਰ, ਇੱਕ ਦੂਜੇ ਵਾਸਤੇ ਮਾਨ ਸਨਮਾਨ ਹੀ ਹੁੰਦਾ ਇੱਕ। ਹਾਲ ਬੇਟਾ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬੁਲਾਉਣਾ ਕਿਸ ਨੂੰ? ਹਾਂ, ਮੇਰੇ ਫਰੈਂਡ ਨੂੰ। ਬੁਲਾ ਲਓ, ਬੁਲਾ ਲਓ, ਬੁਲਾ ਲਓ ਸਾਰੇ ਨੂੰ ਜਿਹੜੇ ਜਿਹੜੇ ਹੈਗੇ ਨੇ। ਨਾਮ ਲੈ ਕੇ ਬੁਲਾਓ ਨਾ, ਕਿਹੜੇ ਨੇ? ਨਾਲ ਏ ਤੋਂ ਹੈ ਪਹਿਲਾ ਬੱਚਾ ਇਹ ਜਾ ਕੇ ਉਹ ਜਦੋਂ ਉਹ ਨਾਮ ਲੈ ਕੇ ਬੁਲਾਓ ਕਹਿੰਦੇ ਲੜਦੀ ਉਹ। ਨਹੀਂ ਬੁਲਾਓ ਬੇਟਾ, ਨਾਮ ਲੈ ਕੇ ਉਹਦਾ ਖੁਸ਼ੀ। ਨਹੀਂ ਮੈਂ ਹਸਾਉਣਾ, ਮੈਂ ਤਾਂ ਇੱਧਰ ਖੜ ਜਾਣਾ, ਪਿਓਰ ਰੂਟਸ। ਬਹੁਤ ਵਧੀਆ ਸਟੈਂਡੀ ਸਾਡੀ, ਸਹੀ ਹੈ, ਸਹੀ ਹੈ। ਤਿੱਤਲੀ ਉੜੀ ਕਹਾਂ ਚਲੀ, ਆ ਗਏ ਕੌਣ ਘੱਟ ਹੈ? ਨਹੀਂ ਬੱਚੇ ਪੂਰੇ ਹੋ ਤੁਹਾਡੇ ਨਾਲ ਟੀਮ ਵਾਲੇ? ਤੁਸੀਂ ਦੋ ਹੀ ਹੋ? ਅੱਛਾ ਬੇਟਾ, ਤੁਹਾਡਾ ਨਾਮ ਕੀ ਹੈ? ਹੈਂਜੀ, ਖੁਸ਼ੀ। ਖੁਸ਼ੀ, ਫਿਰ ਇਹ ਗੁੱਸਾ ਕਿਉਂ ਕਰਦੇ ਨਾਮ ਲਏ ਤੋਂ? ਦੱਸੋ ਕੋਈ ਕਾਰਨ ਦੱਸ ਦੂ। ਨਹੀਂ, ਕਿਹੜੇ ਗਾਣੇ 'ਤੇ ਕਰਨਾ ਡਾਂਸ? ਹੈਂ, ਕੁੜੀ ਫੱਟੇ ਚੁੱਕਦੀ। ਅੱਛਾ, ਲੇਬਰ ਦਾ ਕੰਮ ਕਰਦੀ ਨੀ ਵਿਚਾਰੀ? ਚਲੋ ਕੋਈ ਨੀ। ਨਹੀਂ ਬੇੜੇ ਇੱਧਰ ਮੁੰਡਿਆਂ ਬੇੜੇ ਫੱਟੇ ਲੇਬਰ ਵਾਲੇ ਹਨ ਜਿਹੜੇ ਆਪਣੇ ਹੁੰਦੇ ਨੇ ਵੀਰ ਭਾਈ, ਦਿਹਾੜੀ ਕਰਦੇ ਨੇ, ਫੱਟੇ ਚੱਕਦੇ ਨੇ ਉਹ ਕੀ ਹੈ? ਫੱਟੇ ਚੱਕ ਕੇ ਉੱਧਰ ਰੱਖੇ ਬੇਟਾ ਆਪਣੇ ਘਰ, ਜਦੋਂ ਮਿਸਤਰੀ ਲੱਗਦਾ ਆਪਣੇ ਲੱਗੇ ਹੁਣ ਲਗਭਗ ਸਾਰਿਆਂ ਨੇ ਨਾ, ਫੱਟੇ ਨੀ ਚੱਕ ਰਹੇ ਮਿਸਤਰੀ ਉਹਦੇ ਨਾਲ ਲੇਬਰ ਵਾਲੇ। ਹੁਣ ਇਹ ਕਹਿੰਦੇ ਬੱਚੇ ਕਹਿੰਦੇ ਕੁੜੀ ਕੀ ਜੀ? ਕੁੜੀ ਫੱਟੇ ਚੱਕਦੀ। ਚਲੋ ਲਾ ਦਿਓ ਜੀ ਗਾਣਾ ਬੱਚਿਆਂ ਦਾ। ਦਮ ਚੜ ਗਿਆ? ਨਹੀਂ, ਦਮ ਜਿਹੜਾ ਤੁਹਾਡਾ ਦਮ ਚੜ ਗਿਆ। ਓਕੇ ਓਕੇ, ਫੱਟੇ ਭਾਰੀ ਸੀ ਥੋੜੇ ਜਿਹੇ, ਕੋਈ ਨੀ ਕੋਈ ਨੀ। ਸੋ ਥੈਂਕ ਯੂ, ਜ਼ੋਰਦਾਰ ਤਾੜੀਆਂ ਹੁਣ ਇਹਨਾਂ ਵਾਸਤੇ। ਸੁਣੋ ਜੀ, ਬਾਬਾ ਗਾਂਧਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੌਣਕਾਂ ਇਸ ਤਰ੍ਹਾਂ ਲੱਗਣਗੀਆਂ ਭਦੌੜ ਦੇ ਵਿੱਚ। ਸੋ ਮੇਰੇ ਦੇਖ ਛੋਟੀ ਜੀ,
ਚਲੋ ਜੀ ਬੱਚਿਆਂ ਨਾਲ ਗੱਲਾਂ ਬਾਤਾਂ ਮਸਤੀਆਂ ਰੌਣਕ ਵਗੈਰਾ ਬਹੁਤ ਕੁਛ ਕਰ ਰਹੇ ਸੀ, ਬਹੁਤ ਨਜ਼ਾਰੇ ਲਏ। ਸੋ ਹੁਣ ਸਾਡੀ ਜਿਹੜੀ ਲਾਸਟ ਦੇ ਵਿੱਚ ਵਾਰੀ ਆਉਂਦੀ ਹੈ ਉਹ ਆਉਂਦੀ ਹੈ ਸਕੂਲ ਦੀ ਮੈਨੇਜਮੈਂਟ ਨਾਲ, ਸਾਰੇ ਸਟਾਫ ਨਾਲ। ਸੋ ਹੁਣ ਗੱਲਾਂ ਬਾਤਾਂ ਕਰਾਂਗੇ। ਸੋ ਸਟਾਫ ਸਾਡੇ ਕੋਲ ਇੱਥੇ ਖੜਾ ਹੈ ਜੀ। ਸੋ ਬੇਟਾ ਜ਼ੋਰਦਾਰ ਤਾੜੀਆਂ ਸਟਾਫ ਲਈ। ਮੈਮ ਸਕੂਲ ਬਾਰੇ ਸਾਨੂੰ ਥੋੜ੍ਹਾ ਜਿਹਾ ਚਾਨਣਾ ਪਾਓ ਜੀ, ਸਕੂਲ ਕਦੋਂ ਮਤਲਬ ਓਪਨ ਹੋਇਆ ਅਤੇ ਕਿੰਨੇ ਕੁ ਇੱਥੇ ਬੱਚੇ ਹੈਗੇ? ਕਿਉਂਕਿ ਬੱਚੇ ਦਾ ਮੈਂ ਕਰਾਊਡ ਦੇਖ ਰਿਹਾ ਬਹੁਤ ਜ਼ਿਆਦਾ, ਮਤਲਬ ਬੱਚੇ ਉੱਥੋਂ ਲੈ ਕੇ ਇੱਥੇ ਤੱਕ ਖੜ੍ਹੇ ਨੇ, ਉਹ ਤੁਰ ਤੱਕ ਬੱਚੇ ਨੀਚੇ ਹੀ ਬਹੁਤ ਖੜ੍ਹੇ ਨੇ। ਸੋ ਤੁਹਾਨੂੰ ਥੋੜ੍ਹੀ ਜੀ ਦੱਸੋ ਜੀ। ਸੋ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਜੀ 1982 ਦੇ ਵਿੱਚ ਇਸਦੀ ਸਥਾਪਨਾ ਹੋਈ ਸੀ। ਅੱਛਾ ਜੀ, 1982 ਜੀ, ਠੀਕ ਹੈ। ਔਰ ਸੰਤ ਬਾਬਾ ਗੁਰਬਚਨ ਸਿੰਘ ਜੀ ਇਹਨਾਂ ਦੇ ਕਰਤਾ ਧਰਤਾ ਨੇ ਜੀ, ਕਿ ਜਦੋਂ ਇਹ ਸਕੂਲ ਸਟਾਰਟ ਹੋਇਆ ਜੀ, ਪਹਿਲੇ ਸਕੂਲ ਸਾਡਾ ਉੱਧਰ ਹੁੰਦਾ ਸੀ, ਗੁਰਦੁਆਰਾ ਸਾਹਿਬ ਹੈ ਉੱਥੇ ਬਣਿਆ, ਉੱਥੇ ਬਿਲਡਿੰਗ ਸੀ ਜੀ। ਫਿਰ ਜਿਸ ਤਰ੍ਹਾਂ ਸਟਰੈਂਥ ਵੱਧਦੀ ਗਈ, ਜਿਸ ਤਰ੍ਹਾਂ ਪਹਿਲੇ ਅਸੀਂ ਸਟਾਰਟ ਕੀਤਾ 300 ਜੀ, ਠੀਕ ਹੈ। ਫਿਰ ਜਿੱਦਾਂ ਜਿੱਦਾਂ ਇਹ ਸਟਰੈਂਥ ਵੱਧਦੀ ਗਈ ਤਾਂ ਉਹ ਬਿਲਡਿੰਗ ਸਾਨੂੰ ਲੱਗਿਆ ਕਿ ਜਿੱਦਾਂ ਮੈਨੇਜਮੈਂਟ ਨੂੰ ਲੱਗਿਆ ਵੀ ਇਹ ਬਿਲਡਿੰਗ ਛੋਟੀ ਹੈ ਜੀ। ਫਿਰ 1991 ਅਸੀਂ ਇੱਧਰ ਆ ਜੀ, ਠੀਕ ਹੈ। ਔਰ ਉਸ ਤੋਂ ਬਾਅਦ ਲਗਾਤਾਰ ਇਸ ਸਕੂਲ ਦੀ ਜੋ ਸਟਰੈਂਥ ਹੈ ਉਹ ਵੱਧ ਰਹੀ ਹੈ ਜੀ। ਕਿਉਂ ਵੱਧ ਰਹੀ ਹੈ? ਕਿਉਂਕਿ ਅਸੀਂ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਜੀ, ਠੀਕ ਹੈ। ਇਹੀ ਇਸਦਾ ਮੇਨ ਰੀਜ਼ਨ ਹੈ। ਔਰ ਇਸ ਸਕੂਲ ਨੇ ਖੁਸ਼ਬੂ ਗੁਪਤਾ, ਸ਼ਾਇਦ ਤੁਸੀਂ ਨਾਮ ਸੁਣਿਆ ਜੀ 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 ਹਾਂਜੀ ਹਾਂਜੀ, IAS ਰੈਂਕ ਰਿਹਾ ਹੈ, 80th ਰੈਂਕ। ਔਰ ਮੀਨਸ ਉਹ ਇਸ ਸਕੂਲ ਦੀ ਦੇਣ, ਬਹੁਤ ਸਾਰੇ ਬੱਚੇ ਡਾਕਟਰਸ ਹਨ ਇਸ ਸਕੂਲ 'ਚ ਜੀ, ਬਹੁਤ ਸਾਰੇ ਬੱਚੇ IITians ਜਿਹੜੇ ਕਿ ਇੰਸਟੀਚਿਊਟ 'ਚ ਪੜ੍ਹ ਰਹੇ ਹਨ। ਔਰ ਇੱਕ ਮਨਿੰਦਰ ਗੁਪਤਾ ਹੈ, ਮਨਿੰਦਰ ਕੌਰ ਹੈ ਜੀ, ਮਨਸਿੰਦਰ ਕੌਰ ਇਸੇ ਸਕੂਲ ਦੀ ਵਿਦਿਆਰਥੀ ਨੇ ਜੀ, ਜਿਸਨੇ ਕਿ PCS ਦੇ ਵਿੱਚ ਉਸਦਾ 5th ਰੈਂਕ। ਵੈਰੀ ਗੁੱਡ, ਕੀ ਬਾਤ ਹੈ। ਸਭ ਜੋ ਹੈ ਬਿਕੋਜ਼ ਆਫ ਹਾਈਲੀ ਕੁਆਲੀਫਾਈਡ ਟੀਚਰਸ ਜੀ, ਐਂਡ ਬਿਕੋਜ਼ ਆਫ ਦ ਗਾਈਡੈਂਸ ਆਫ ਦ ਪ੍ਰਿੰਸ ਜੀ ਜੀ, ਨਾ ਇਹ ਸਭ ਕੁਝ ਇਸੇ ਨਾਲ ਹੀ ਹੁੰਦਾ ਹੈ ਜੀ, ਕਿ ਜੋ ਅਸੀਂ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਜੀ। ਔਰ ਇਹ ਮੀਨਸ ਕਿ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਸਮਾਜ ਨੂੰ ਐਸੇ ਬੱਚੇ ਦੇ ਜੀ ਜੀ, ਜਿਹੜੇ ਕਿ ਇਨ ਫਿਊਚਰ ਕਿ ਇਸ ਨੇਸ਼ਨ ਨੂੰ ਕੁਝ ਦੇ ਸਕੇ ਜੀ। ਕੀ ਬਾਤ, ਆਪਣਾ ਆਪ ਅਰਪਣ ਕਰ ਸਕੇ। ਕੀ ਬਾਤ, ਥੈਂਕ ਯੂ ਮੈਮ, ਥੈਂਕ ਯੂ, ਜ਼ੋਰਦਾਰ ਤਾੜੀਆਂ ਮੈਮ ਲਈ, ਬਹੁਤ ਵਧੀਆ ਗੱਲਬਾਤ, ਥੈਂਕ ਯੂ ਮੈਮ, ਥੈਂਕ ਯੂ। ਸੋ ਹਾਂ ਜੀ, ਇਸ ਤੋਂ ਬਾਅਦ ਪ੍ਰਿੰਸੀਪਲ ਸਰ ਜੀ ਨਾਲ ਸਰ ਆਈਏ ਪਲੀਜ਼, ਜ਼ੋਰਦਾਰ ਤਾੜੀਆਂ ਬੇਟਾ। ਸੋ ਸਰ ਜੀ, ਬੇਸਿਕਲੀ ਆਪਾਂ ਕਿੱਥੋਂ ਜੀ? ਹਿਮਾਚਲ ਪ੍ਰਦੇਸ਼। ਹਿਮਾਚਲ ਸੀ ਜੀ। ਸੋ ਦੇਖੋ ਜੀ, ਪਹਾੜਾਂ ਤੋਂ ਆ ਕੇ ਸਾਡੇ ਬੱਚਿਆਂ ਨੂੰ ਇੱਥੇ ਪੜ੍ਹਾਉਣ ਆਉਣੇ ਪਹਿਲਾਂ, ਥੈਂਕ ਯੂ ਤੁਹਾਡੇ ਲਈ। ਸੋ ਬੱਚੇ ਸਾਡੇ ਪੜ੍ਹਦੇ ਵੀ ਨੇ ਕਿਉਂਕਿ ਤੁਸੀਂ ਐਡੀ ਦੂਰੋਂ ਪੜ੍ਹਾਉਣ ਸਾਡੇ ਬੱਚਿਆਂ ਨੂੰ ਆਉਂਦੇ ਹੋ ਜੀ, ਹੈ ਨਾ? ਅਤੇ ਬੱਚੇ ਮੈਂ ਦੇਖਿਆ ਤੁਹਾਡੇ ਬੱਚੇ ਬੜੇ ਵਧੀਆ ਨੇ, ਅੱਜ ਪਰਫੋਰਮੈਂਸ ਦੇਖਿਆ ਮੈਂ ਨਹੀਂ, ਜ਼ਬਰਦਸਤ ਨੇ ਪੂਰੀਆਂ। ਸੋ ਇਹ ਤੁਹਾਡੇ ਜੇ ਸਿਖਾਏ ਹੋਏ ਨੇ ਤਾਂ ਹੀ ਨੇ ਜੀ। ਸੋ ਬੜਾ ਵਧੀਆ ਲੱਗਿਆ ਤੁਹਾਡੇ ਸਕੂਲ ਦੇ ਵਿੱਚ ਆ ਕੇ ਜੀ। ਸੋ ਸਰ, ਆਪਣੇ ਸ਼ੋਅ ਦਾ ਨਾਮ ਅੱਧੀ ਛੁੱਟੀ ਸਾਰੀ ਜੀ, ਕੁਛ ਯਾਦ ਆਉਂਦਾ ਹੋਵੇ ਉੱਧਰ ਤੁਹਾਡੇ? ਸ਼ਾਇਦ ਹਿਮਾਚਲ ਏਰੀਆ 'ਚ ਸ਼ਾਇਦ ਘੱਟ ਹੁੰਦਾ ਹੋਵੇ, ਬਟ ਸਾਡੇ ਪੰਜਾਬ 'ਚ ਤਾਂ ਗਾਹ ਹੀ ਪੈਂਦਾ ਸੀ ਜਦੋਂ ਮਤਲਬ ਅੱਧੀ ਛੁੱਟੀ ਸਾਰੀ ਗੱਲ ਚੱਲਦੀ ਹੈ, ਠੀਕ ਹੈ ਜੀ? ਸਾਡਾ ਫਰਜ਼ ਬਣਦਾ ਕਿ ਜਿੱਥੇ ਵੀ ਲੱਗਦਾ ਕਿ ਥੋੜਾ ਆਪਣੇ ਟਰੈਕ ਤੋਂ ਭਟਕ ਰਹੇ ਹਾਂ, ਇੱਥੇ ਉਹਨਾਂ ਨੂੰ ਪਕੜ ਕੇ ਉੱਥੇ ਲਿਆਓ। ਸਹੀ ਗੱਲ ਹੈ। ਐਜ਼ ਅ ਸਟੂਡੈਂਟ ਇਹਨਾਂ ਨੂੰ ਲੱਗਦਾ ਹੋਏਗਾ ਕਿ ਨਹੀਂ ਸਾਡੇ ਤੇ ਜ਼ਬਰਦਸਤੀ ਹੋ ਰਹੀ ਹੈ, ਬਟ ਅਸੀਂ ਹੈ ਇਸ ਮਕਸਦ ਲਈ ਤਾਂ ਕਿ ਇਹਨਾਂ ਨੂੰ ਸਹੀ ਟਰੈਕ ਤੇ ਚੱਲਣੇ। ਸਹੀ ਗੱਲ ਹੈ, ਸਹੀ ਗੱਲ ਹੈ, ਜ਼ੋਰਦਾਰ ਤਾੜੀਆਂ ਪ੍ਰਿੰਸੀਪਲ ਸਰ ਜੀ ਲਈ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਸੋ ਲਓ ਜੀ, ਇਸ ਤੋਂ ਬਾਅਦ ਅਸੀਂ ਉਹਨਾਂ ਸਰ ਜੀ ਨੂੰ ਲੈ ਕੇ ਆਉਂਦੇ ਜਿਹੜੇ ਨੇ ਮੈਨੂੰ ਐਂ ਕਿਹਾ ਸੀ ਮੈਨੂੰ ਲੈ ਕੇ ਨਹੀਂ ਆਉਂਦੇ। ਸਰ ਆਈਏ ਜੀ ਪਲੀਜ਼, ਜ਼ੋਰਦਾਰ ਤਾੜੀਆਂ ਸਰ ਜੀ ਲਈ। ਸਤਿ ਸ਼੍ਰੀ ਅਕਾਲ ਜੀ, ਪਤਾ ਦੱਸੋ ਕੀ ਹੋ ਗਿਆ ਜੀ ਛੱਤ ਤੇ? ਇਹ ਬਸ ਇੱਥੇ ਸਾਡੇ ਸਰ ਖੜੇ ਹੋਣ, ਡੀਪੀ ਸਰ, ਉਹਨਾਂ ਦੀ ਮਿਹਰਬਾਨੀ ਹੈ। ਮਤਲਬ ਉਹਨਾਂ ਨੇ ਕੀ ਕਰਤਾ ਜੀ? ਬਸ ਵੈਸੇ ਖੇਡਦੇ ਸੀ ਥੋੜ੍ਹੀ ਸੱਟ ਲੈ। ਅੱਛਾ ਅੱਛਾ, ਬਹੁਤ ਚੱਲਦੀ ਰਹਿੰਦਾ ਜੀ ਮਾੜਾ ਮੋਟਾ, ਹੈ ਨਾ? ਪੰਗੇ ਨਾ ਲਿਆ ਤੂੰ ਡੀਪੀ ਸਰ ਨਾਲ? ਨਹੀਂ ਮੈਂ ਨਹੀਂ ਲੈ, ਉਹ ਫਿਜ਼ੀਕਲ ਵਾਲੇ ਹੁੰਦੇ ਨੇ, ਉਹ ਤੱਕੜ ਹੁੰਦੇ ਥੋੜ੍ਹੇ ਜੀ। ਹਾਂ ਇਹ ਤਾਂ ਹੈ, ਮੈਂ ਧਿਆਨ ਰੱਖਿਆ ਕਰੂੰਗਾ, ਹੈ ਨਾ? ਡੀਪੀ ਸਰ ਕਿੱਥੇ ਹੋ ਜੀ, ਹੱਥ ਖੜੇ ਕਰ ਦਿਓ। ਹਾਂ ਖੜੇ ਆ ਜੀ, ਆ ਜਾਓ ਮੈਡਮ, ਆ ਜਾਓ। ਐਂ ਹੁਣ ਐਂ ਥੋੜ੍ਹੀ ਕਰਿਆ ਕਰਦੇ ਨਹੀਂ। ਸਤਿ ਸ਼੍ਰੀ ਅਕਾਲ ਜੀ, ਉਹ ਠੀਕ ਠਾਕ ਹੋ ਜੀ? ਆਹ ਕੀ ਨੁਕਸਾਨ ਕਰਤਾ ਜੀ ਇਧਰ? ਇਹ ਜੀ ਮੈਂ ਨਹੀਂ ਜੀ, ਮੇਰੇ ਜਿਹੜੇ ਨਾਲ ਅੱਗੇ ਰੱਖੇ ਹੋਏ ਬੰਦੇ ਤੁਹਾਡੇ ਨਾਲ, ਮਤਲਬ ਕੁੱਟ ਕਟਾਪੀ ਨੂੰ ਅੱਗੇ ਬੰਦੇ ਰੱਖੇ ਹੋਏ ਨੇ? ਨਾ ਨਾ ਜੀ, ਡੀਪੀ ਟੀਚਰ ਨੇ। ਅੱਛਾ ਜੀ, ਅੱਛਾ ਜੀ। ਹਾਂ, ਉਹਨਾਂ ਨਾਲ ਹੈਂਡਸ਼ੇਕ ਕਰ ਰਹੇ ਸੀ। ਓਹੋ, ਬੜੇ ਅੱਜ ਤੋਂ ਕਿਸੇ ਨੇ ਵੀ ਕਿਸੇ ਨਾਲ ਹੈਂਡਸ਼ੇਕ ਨਹੀਂ ਕਰੇ, ਦੂਰ ਹੀ ਕਰੇ। ਸਤਿ ਸ਼੍ਰੀ ਅਕਾਲ ਜੀ। ਸੋ ਸਰ ਜੀ, ਹੁਣ ਸੁਣਾਓ ਜੀ ਸਾਨੂੰ ਗਾਣਾ, ਕੋਈ ਪੋਇਮ ਜਾਂ ਕੁਛ ਵੀ ਦਿਲ ਕਰੇ। ਹਾਂ ਜੀ, ਚਲੋ ਸੁਣੋ ਫਿਰ। 12 ਸਾਲ ਮੈਂ ਹਾਏ ਬੇਲੇ ਗਾਏ, ਹਾਏ
ਦੱਸ ਮੇਰੇ ਨੀ ਕਿਹੜੇ ਕੰਮ ਆਏ ਉਹ ਮੇਲਿਆਂ ਦੇ ਵਿੱਚ ਹਾਲ ਦੁਹਾਈਆਂ ਪਾਵਾਂ ਮੇਰੀਏ ਹੀਰੇ ਨੀ ਖਾਲੀ ਹੱਥ ਕਿੰਜ ਉਹ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਜਾਵਾਂ ਮੇਰੀਏ ਹੀਰੇ ਨੀ ਖਾਲੀ ਹੱਥ ਕਿੰਜ ਤਖਤ ਹਜ਼ਾਰੇ ਹੋ ਵਾਹ ਜੀ ਵਾਹ ਕਿਆ ਬਾਤ ਹੈ ਫੋਕ ਸੌਂਗ ਥੈਂਕ ਯੂ ਸਰ ਬਹੁਤ ਸੋਹਣੀ ਆਵਾਜ਼ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਹਾਂਜੀ ਸਰ ਕਹਿੰਦੇ ਮੈਂ ਆਪ ਹੀ ਆ ਜਾਂਦਾ ਜੀ ਨਹੀਂ ਨਹੀਂ ਸੋ ਇੱਕ ਇਹ ਸਕੂਲ ਦੀ ਖਾਸ ਗੱਲ ਇਹ ਜ਼ਰੂਰ ਲੱਗੀ ਮੈਨੂੰ ਟੀਚਰਸ ਦਾ ਬੱਚਿਆਂ ਨਾਲ ਅਤੇ ਬੱਚਿਆਂ ਦਾ ਟੀਚਰਸ ਨਾਲ ਆਪਸ 'ਚ ਮੋਹ ਪਿਆਰ ਬਹੁਤ ਜ਼ਿਆਦਾ ਕਿ ਮੈਨੂੰ ਲੱਗਿਆ ਜੀ ਇੱਕ ਹੈਗਾ ਹੀ ਹੈ ਸੋ ਫਸਟ ਆਫ ਆਲ ਥੈਂਕਸ ਕਰਦੇ ਹਾਂ ਮੈਨੇਜਮੈਂਟ ਦਾ ਪ੍ਰਿੰਸੀਪਲ ਸਰ ਵਾਈਸ ਪ੍ਰਿੰਸੀਪਲ ਮੈਮ ਜਿਨ੍ਹਾਂ ਨੇ ਇਹ ਪ੍ਰੋਗਰਾਮ ਔਰਗਨਾਈਜ਼ ਕੀਤਾ ਅਤੇ ਬਾਕੀ MH1 ਚੈਨਲ ਦਾ ਜੋ ਵੀ ਵੀਰ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸੋ ਹੁਣ ਜੋ ਮੈਂ ਇੱਕ ਦੋ ਜਿਹੜੇ ਟੱਪੇ ਨੇਗੇ ਲਿਖੇ ਹੋਏ ਮੈਂ ਤੁਹਾਡੇ ਰੂਬਰੂ ਕਰ ਰਿਹਾ ਹਾਂ ਅਤੇ ਇਹਨਾਂ ਦੇ ਵਿੱਚ ਇਹ ਟੱਪਿਆਂ ਦੇ ਵਿੱਚ ਮੈਸੇਜ ਵੀ ਹੈ ਜੋ ਕਿ ਅੱਗੇ ਕਨਵੇ ਕਰਨਾ ਸੋ ਮੇਰੇ ਨਾਲ ਕੋਪਰੇਟ ਕਰਨਾ ਕਲੈਪਿੰਗ ਦਾ ਸੋ ਪਹਿਲਾਂ ਇੱਕ ਟੱਪਾ ਜੋ ਕਿ ਆਪਣੇ ਜੋ ਵਿਚਰੇ ਆ ਉਹਦੇ ਬਾਰੇ ਹੈ ਹੋ ਚੜ ਗਿਆ ਸਾਲ 2019 ਦਿੱਤੀ ਅਸੀਂ ਵਧਾਈ ਵੀ ਪੱਬਾਂ ਚੱਕ ਕੇ ਚੜ ਗਈ ਸਿਰ ਤੇ ਪੱਬਾਂ ਚੱਕ ਕੇ ਚੜ ਗਈ ਸਿਰ ਤੇ ਹਰ ਚੀਜ਼ ਦੀ ਮਹਿੰਗਾਈ ਵੀ ਡੀਜ਼ਲ ਪੈਟਰੋਲ ਮਹਿੰਗੇ ਹੈ ਕਰਤੇ ਡੀਜ਼ਲ ਪੈਟਰੋਲ ਮਹਿੰਗੇ ਕਰਤੇ ਗੱਡੀਆਂ ਤੇ ਗੈਸ ਲਵਾਈ ਵੀ 5 ਰੁਪਏ ਦੀ ਕਹਿੰਦੇ ਪਾਥੀ ਹੋ ਗਈ 5 ਰੁਪਏ ਦੀ ਪਾਥੀ ਹੋ ਗਈ ਸੁਣ ਚਾਚੀ ਕੀ ਤਾਈ ਵੀ ਰੁੱਖਾਂ ਨੂੰ ਸੇਖੋਂ ਜੜਾਂ ਤੋਂ ਪੁੱਟਦਾ ਰੁੱਖਾਂ ਨੂੰ ਸੇਖੋਂ ਜੜਾਂ ਤੋਂ ਪੁੱਟਦਾ ਪਤਝੜ ਵੀ ਨਾ ਆਈ ਵੀ ਅਲਟਰਾਸਾਊਂਡ ਕਰਾ ਕੇ ਲੋਕੀ ਅਲਟਰਾਸਾਊਂਡ ਕਰਾ ਕੇ ਲੋਕੀ ਤੀ ਕੁੱਖ ਵਿੱਚ ਕਤਲ ਕਰਾਈ ਉਹ ਲੋਕੋ ਇਹ ਕੈਸੀ ਕੈਸੀ ਰੁੱਤ ਆਈ ਉਹ ਲੋਕੋ ਇਹ ਕੈਸੀ ਇਹ ਕੈਸੀ ਰੁੱਤ ਆਈ ਉਹ ਬੱਚਿਓ ਇਹ ਕੈਸੀ ਕਿਆ ਬਾਤ ਇੱਕ ਮੈਸੇਜ ਹੈ ਜੋ ਰੁੱਖਾਂ ਪ੍ਰਤੀ ਹੋ ਰੁੱਖਾਂ ਨੂੰ ਨਾ ਕੱਟਿਓ ਵੱਡਿਓ ਇਹ ਜ਼ਿੰਦਗੀ ਦਾ ਗਹਿਣਾ ਵੀ ਰੁੱਖ ਜੇ ਤੁਸੀਂ ਖਤਮੀ ਕਰਤੇ ਟਿੰਗਲਿੰਗ ਲਿੰਗ 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 ਰੁੱਖ ਜੇ ਤੁਸੀਂ ਖਤਮੀ ਕਰਤੇ ਧਰਤੀ ਮਾਂ ਨਾ ਕੁਝ ਨਹੀਂ ਰਹਿਣਾ ਵੀ ਰੁੱਖਾਂ ਉੱਪਰ ਲੱਖਾਂ ਪਾਛੀਆਂ ਟਿੰਗਲਿੰਗ ਲਿੰਗ 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 ਰੁੱਖਾਂ ਉੱਪਰ ਲੱਖਾਂ ਪਾਛੀਆਂ ਦਿਨ ਰਾਤ ਹੈ ਬਹਿਣਾ ਰੁੱਖ ਲਗਾਓ ਮਿੱਤਰੋ ਇਹ ਸੇਖੋਂ ਦਾ ਕਹਿਣਾ ਰੁੱਖ ਲਗਾਓ ਬੱਚਿਓ ਇਹ ਸੇਖੋਂ ਦਾ ਕਹਿਣਾ ਰੁੱਖ ਲਗਾਓ ਬੱਚਿਓ ਵਾਹ ਜੀ ਵਾਹ ਕਿਆ ਬਾਤ ਪਾਣੀ ਬਾਰੇ ਵੀ ਕਰਦੀ ਹਾਂ ਆਉਣ ਦੋ ਅੱਜ ਸਾਰਾ ਆਪਣਾ ਦੇਣਾ ਆਪਣਾ ਹੀ ਹੈ ਜੀ ਜਿੱਥੇ ਤੱਕ ਜੀ ਕਹਦਾ ਆਉਣ ਦੋ ਹੋ ਜੇ ਨਾ ਸਾਂਭਿਆ ਸਮੇਂ ਦੇ ਨਾਲ ਫੇਰ ਪਉ ਪਛਤਾਉਣਾ ਵੀ ਫੇਰ ਪਛਤਾ ਕੇ ਕੀ ਕਰਨਾ ਹੈਗਾ ਟਿੰਗ ਲਿੰਗ 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 ਹੋ ਫੇਰ ਪਛਤਾ ਕੇ ਕੀ ਕਰਨਾ ਗਾ ਮੇਰਾ ਹੱਥ ਨਹੀਂ ਆਉਣਾ ਵੀ ਪਾਣੀ ਬਾਜੋਂ ਸੁੱਕ ਜਾਊਗਾ ਟਿੰਗ ਲਿੰਗ 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 ਪਾਣੀ ਬਾਜੋਂ ਸੁੱਕ ਜਾਊਗਾ ਹਰ ਪੱਤਾ ਹਰ ਡਾਲ ਆਓ ਰਲ ਮਿਲ ਕੇ ਕਰੀਏ ਪਾਣੀ ਦੇ ਸਮਾਲ ਆਓ ਰਲ ਮਿਲ ਕੇ ਜੀ ਅੱਜ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਜ਼ਿਲ੍ਹਾ ਬਰਨਾਲਾ ਦੇ ਵਿੱਚ ਬੜੀਆਂ ਰੌਣਕਾਂ ਲੱਗੀਆਂ ਬੜਾ ਨਜ਼ਾਰਾ ਆਇਆ ਜੇਕਰ ਤੁਸੀਂ ਵੀ ਚਾਹੁੰਦੇ ਤੁਹਾਡੇ ਸਕੂਲ ਦੇ ਵਿੱਚ ਆਈਏ ਰੌਣਕ ਲਾਈਏ ਗੱਲਾਂ ਬਾਤਾਂ ਕਰੀਏ ਸਾਨੂੰ ਮੈਸੇਜ ਕਰੋ ਫੋਨ ਕਰੋ ਅਸੀਂ ਜ਼ਰੂਰ ਆਵਾਂਗੇ ਅੱਧੀ ਛੁੱਟੀ ਸਾਰੀ ਦੀ ਟੀਮ ਲੈ ਕੇ ਸੋ ਹਰ ਸ਼ੁੱਕਰਵਾਰ ਨੂੰ 8 ਵਜੇ ਜ਼ਰੂਰ ਦੇਖਿਆ ਕਰੋ ਜੀ ਅੱਧੀ ਛੁੱਟੀ ਸਾਰੀ ਸੋ ਸਤਿ ਸ਼੍ਰੀ ਅਕਾਲ ਚੋਰ ਨੂੰ ਇਸ ਤਰ੍ਹਾਂ ਪਿਆਰ ਕਰਦੇ ਰਹੋ ਅਤੇ ਆਪਣੇ ਬਿਪਨ ਜੋਸ਼ੀ ਨੂੰ ਸਤਿ ਸ਼੍ਰੀ ਅਕਾਲ